ਪਿਓ ਨਾਂ ਦਾ ਸ਼ਬਦ ਮੈਨੂੰ ਜ਼ਹਿਰ ਲੱਗਦਾ ਅੱਜ ਵੀ ਤੇ ਪਹਿਲਾਂ ਵੀ। ਉਹ ਤਾਂ ਸਿਰਫ ਇੱਕ ਨਾਂ ਦਾ ਪਿਓ ਆ, ਪਿਓ ਹੈ ਨਹੀਂ ਉਹ, ਉਹ ਇੱਕ ਬਹੁਤ ਗੰਦਾ ਇਨਸਾਨ ਹੈ। ਪਿਓ ਤਾਂ ਉਸ ਦਿਨ ਦਾ ਮਰਿਆ ਸਾਡੇ ਲਈ ਜਿਸ ਦਿਨ ਦਾ ਸਾਨੂੰ ਛੱਡ ਕੇ ਗਿਆ ਵਾ। ਪਿਓ ਨਾਮ ਦਾ ਸ਼ਬਦ ਮੈਨੂੰ ਜ਼ਹਿਰ ਲੱਗਦਾ ਸਾਡੇ ਲਈ, ਸਾਡਾ ਪਿਓ ਉਸ ਦਿਨ ਹੀ ਮਰ ਗਿਆ ਜਦੋਂ ਸਾਨੂੰ ਛੱਡ ਕੇ ਚਲਾ ਗਿਆ। ਮਾਂ ਦਾ ਨਿੱਕੀ ਉਮਰੇ ਝੂਠ ਬੋਲ ਕੇ ਵਿਆਹ ਕਰਤਾ, ਪੈਲੀ ਬੰਨਾ ਕੁਝ ਨਹੀਂ ਨਿਕਲਿਆ। ਸਾਡੇ ਪਿਓ ਨੇ ਨਸ਼ੇ 'ਚ ਸਾਡੀ ਮਾਂ ਨੂੰ ਮਾਰਨਾ, ਪੈਸੇ ਮੰਗਣੇ, ਗਰਿੱਲ 'ਚ ਹੱਥ ਦੇ ਕੇ ਤਾਲਾ ਲਗਾ ਦੇਣਾ। ਮਾਂ ਨੇ ਚੀਕਾਂ ਮਾਰਨੀਆਂ ਜਦੋਂ ਅਸੀਂ ਛੱਡਣ ਨੂੰ ਕਹਿਣਾ, ਤਾਂ ਸਾਨੂੰ ਦਰਖਤਾਂ ਨਾਲ ਬੰਨ ਕੇ ਰੱਖਣਾ, ਬੈਲਟਾਂ ਨਾਲ ਕੁੱਟਣਾ, ਭਰਾ ਛੋਟਾ ਸੀ ਉਹਨੂੰ ਗਰਿੱਲ ਤੇ ਚੱਕ ਕੇ ਮਾਰਨਾ। ਨਾਨੀ ਨੇ 50,000 ਰੁਪਏ ਸਾਡਾ ਐਡਮਿਸ਼ਨ ਕਰਾਉਣ ਨੂੰ ਦਿੱਤੇ। ਸਾਡੇ ਪਿਓ ਨੇ ਪਹਿਲਾਂ ਹੀ ਗੱਡੀ ਵਿੱਚ ਇੱਟ ਰੱਖ ਲਈ। ਇੱਟ ਨਾਲ ਮੇਰੀ ਮਾਂ ਦੇ ਮੋਢਿਆਂ ਤੇ ਸੱਟਾਂ ਮਾਰਨੀਆਂ ਸ਼ੁਰੂ ਕੀਤੀਆਂ, ਕੁੱਟ ਕੁੱਟ ਕੇ ਪੈਲੀ 'ਚ ਸੁੱਟਤਾ। ਬੱਸਾਂ ਵਾਲਿਆਂ ਨੇ ਸਾਨੂੰ ਛਡਾਇਆ। ਉਸ ਦਿਨ ਦਾ ਗਿਆ ਮੇਰਾ ਬਾਪੂ ਕਦੇ ਮੁੜ ਕੇ ਨਹੀਂ ਆਇਆ। 3,000 ਰੁਪਏ ਵਿਆਜ ਤੇ ਫੜ ਕੇ ਅਸੀਂ ਚਾਹ ਦਾ ਖੋਖਾ ਬਣਨ ਨੂੰ ਦਿੱਤਾ। ਸਾਡੇ ਰਿਸ਼ਤੇਦਾਰ ਸਾਡੇ ਨਾਲ ਇਸ ਗੱਲ ਤੋਂ ਨਫ਼ਰਤ ਕਰਨ ਲੱਗ ਗਏ ਕਿ ਅਸੀਂ ਚਾਹ ਦਾ ਖੋਖਾ ਪਾਇਆ। ਸਾਨੂੰ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ। ਸਾਡੇ ਮੂੰਹ ਤੇ ਨਹੀਂ ਕਿਹਾ, ਪਰ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਚਿੱਠੀਆਂ ਭੇਜੀਆਂ ਕਿ ਜੋ ਜੋ ਸਮਾਨ ਅਸੀਂ ਤੁਹਾਨੂੰ ਦਿੱਤਾ ਸਾਨੂੰ ਵਾਪਸ ਕਰ ਦਿਓ। ਚਾਹ ਦੇ ਖੋਖੇ ਕਰਕੇ ਰਿਸ਼ਤੇਦਾਰ ਸਾਡੇ ਨਾਲ ਨਫ਼ਰਤ ਕਰਦੇ ਨੇ, ਤੇ ਹੁਣ ਚਾਹ ਨੂੰ ਅਸੀਂ ਅੱਗੇ ਲੈ ਕੇ ਜਾਣਾ। ਅੱਜ ਖੋਖਾ ਏ, ਕੱਲ ਬ੍ਰੈਂਡ ਬਣੂਗਾ। ਮੰਮਾ ਦੀ ਮੈਰਿਜ ਨਾ ਛੋਟੀ ਏਜ 'ਚ ਹੋ ਗਈ ਸੀ, 16 ਸਾਲ ਦੀ। ਝੂਠ ਬੋਲ ਕੇ ਮੰਮੀ ਨਾਲ ਵਿਆਹ ਕੀਤਾ ਗਿਆ ਸੀ ਕਿ ਇਹਦੀ ਪੈਲੀ ਬੰਨਾ ਹੈਗਾ ਵਾ, ਪਰ ਨਿਕਲਿਆ ਕੁਛ ਵੀ ਨਹੀਂ ਮਗਰੋਂ, ਬਸ ਇੱਕ ਨਸ਼ੇ ਵਾਲਾ ਬੰਦਾ ਨਿਕਲਿਆ। ਉਸ ਤੋਂ ਬਾਅਦ ਆ ਮੇਰਾ ਬਰਥ ਹੁੰਦਾ ਆ, 1.5 ਸਾਲ ਬਾਅਦ ਮੇਰਾ ਬ੍ਰਦਰ ਬਰਥ ਲੈ ਲੈਂਦਾ, ਉਹ ਵੀ ਘੱਟ ਟਾਈਮ 'ਚ। ਪਾਪਾ ਮੇਰੇ ਨਸ਼ਾ ਕਰਦੇ ਸੀ, ਡਰੱਗਸ ਵਗੈਰਾ ਲਾਉਂਦੇ ਸੀ, ਬਹੁਤ ਕੁਝ ਗੰਦੇ ਨਸ਼ੇ ਕਰਦੇ ਸੀ। ਅਤੇ ਕਿਰਾਏ 'ਤੇ ਰਹਿੰਦੇ ਸੀ ਨਾ, ਉੱਥੇ ਲੋਹੇ ਦੀਆਂ ਗੜੀਲਾਂ ਲੱਗੀਆਂ ਹੁੰਦੀਆਂ ਸੀ, ਲੋਹੇ ਦੀ ਗੜੀਲ ਵਿੱਚ ਮੰਮਾ ਦਾ ਹੱਥ ਦੇ ਦੇਣਾ, ਹੱਥ ਦੇ ਕੇ ਨਾ ਲੋਕ ਕਰ ਦੇਣਾ, ਅਤੇ ਮੰਮਾ ਨੇ ਚੀਕਾਂ ਮਾਰਨੀਆਂ ਕਿ ਮੈਨੂੰ ਛੱਡ ਦੇ, ਅਤੇ ਮੈਂ ਕਹਿਣਾ ਪਾਪਾ ਛੱਡ ਦਿਓ, ਮਤਲਬ ਸਾਨੂੰ ਨਾ ਬੰਨ ਦੇਣਾ, ਸਾਡਾ ਮੂੰਹ ਬੰਨ ਦੇਣਾ, ਤੁਸੀਂ ਚੁੱਪ ਕਰ ਜਾਓ। ਮੇਰਾ ਭਰਾ ਛੋਟਾ ਸੀ, ਉਹਨੂੰ ਗੜੀਲਾਂ ਨਾਲ ਚੁੱਕ ਚੁੱਕ ਕੇ ਮਾਰਨਾ। ਉੱਥੇ ਇੱਕ ਅਮਰੂਦ ਦਾ ਬੂਟਾ ਹੁੰਦਾ ਸੀ, ਮੰਮਾ ਨੂੰ ਅਮਰੂਦ ਨਾਲ ਬੰਨ ਕੇ ਰੱਖਣਾ ਸਾਰੀ ਸਾਰੀ ਰਾਤ, ਬੈਲਟਾਂ ਨਾ ਕੁੱਟਣਾ, ਕੋਈ ਵੀ ਚੀਜ਼ ਹੱਥ 'ਚ ਆਉਣੀ ਮੰਮਾ ਦੇ ਮਾਰ ਦੇਣੀ। ਮੰਮਾ ਦੇ ਸਿਰ 'ਚ ਨਾ ਮਾਰੀ ਹੋਈ ਆ, ਇੱਟ ਮਾਰੀ ਹੋਈ ਆ, ਉਹਦੇ ਨਾਲ ਸਿਰ ਦੀ ਹੱਡੀ ਤਿੜਕੀ ਹੋਈ ਆ, ਮੰਮਾ ਦੇ ਪੈਰ 'ਤੇ ਕਈ ਮਾਰੀ ਹੋਈ ਆ, ਹੱਥ 'ਤੇ ਦਾਤਰ ਮਾਰਿਆ, ਅੱਜ ਵੀ ਉਹ ਨਿਸ਼ਾਨ ਹੈਗੇ। ਪਾਪਾ ਮੇਰੇ ਕਹਿੰਦੇ ਕਿ ਮੈਨੂੰ ਪੈਸੇ ਦਿਉ, ਅਤੇ ਅਸੀਂ ਕਿ ਪੈਸੇ ਅਸੀਂ ਕਿੱਥੋਂ ਦੇ ਦਈਏ। ਫਿਰ ਚੁੱਕ ਕੇ ਕਈ ਮਾਰਤੀ ਕਿ ਤੂੰ ਦੇ, ਬਸ ਮੇਰੇ ਘਰੋਂ ਖਾਧਾ ਹੀ ਆ, ਮੈਨੂੰ ਤਾਂ ਦਿੱਤਾ ਨਹੀਂ ਤੂੰ ਕੁਝ। ਸਾਨੂੰ ਬੰਨ ਕੇ ਬੈਲਟਾਂ ਮਾਰਦੇ ਹੁੰਦੇ ਸੀ, ਜਦੋਂ ਸਾਨੂੰ ਜਾਨੋਂ ਮਾਰਨ ਤੱਕ ਜਾਂਦੇ ਹੁੰਦੇ ਸੀ, ਅਤੇ ਉਦੋਂ ਅਸੀਂ ਲੋਕਾਂ ਦੇ ਘਰਾਂ 'ਚ ਦੀਦੀ ਰਹਿ ਕੇ ਗੁਜ਼ਾਰਾ ਕੀਤਾ। ਮੇਰੇ ਨਾਨਕਿਆਂ ਨੇ ਆਟੋ ਲੈ ਕੇ ਦਿੱਤਾ ਸੀ, ਸਾਨੂੰ ਸਿਰਫ 20 ਰੁਪਏ ਦੇਣੇ, ਆਪਣੇ ਘਰ ਦਾ ਗੁਜ਼ਾਰਾ ਚਲਾ ਲਓ। ਜਿਹੜੀ ਸਾਡੇ ਅੱਗੇ ਰੋਟੀ ਪਈ ਹੋਣੀ, ਉਹ ਵੀ ਮੇਰੇ ਪਿਓ ਨੇ ਚੁੱਕ ਕੇ ਕੰਧ ਨਾ ਮਾਰਨੀ ਕਿ ਤੁਸੀਂ ਤਾਜ਼ੀਆਂ ਰੋਟੀਆਂ ਖਾਂਦੇ, ਜਦ ਕਿ ਉਹ ਅਸੀਂ ਮੰਗੀਆਂ ਹੋਈਆਂ ਰੋਟੀਆਂ ਸੀ ਸਾਡੀਆਂ ਲੋਕਾਂ ਦੇ ਘਰਾਂ 'ਚੋਂ। ਨਾਨਕਿਆਂ ਵੱਲੋਂ 50,000 ਰੁਪਇਆ ਸਾਨੂੰ ਦਿੱਤਾ ਗਿਆ। ਰਸਤੇ 'ਚ ਜਾਂਦਿਆਂ ਪਤਾ ਨਹੀਂ ਮੇਰੇ ਪਿਓ ਦੇ ਦਿਲ 'ਚ ਕੀ ਆਇਆ, ਅਤੇ ਸਾਡੇ ਕੋਲੋਂ ਪੈਸੇ ਖੋਲੇ, ਮਤਲਬ ਮੰਮਾ ਮੇਰੇ ਕੋਲ ਪੈਸੇ ਸੀ। ਅਸੀਂ ਨਹੀਂ ਪਤਾ ਸੀ, ਗੱਡੀ ਦੇ ਵਿੱਚ ਇੱਟ ਰੱਖੀ ਸੀ ਉਹਨਾਂ ਨੇ ਆਪਣੀ 'ਚ, ਆਟੋ ਦੇ ਵਿੱਚ, ਅਤੇ ਉਹੀ ਇੱਟ ਚੁੱਕ ਕੇ ਮੰਮਾ ਦੇ ਮੋਢਿਆਂ 'ਤੇ ਮਾਰਨੀਆਂ ਸ਼ੁਰੂ ਕਰਤੀਆਂ, ਮੇਰੇ ਮਾਰੀਆਂ, ਮੇਰੇ ਭਰਾ ਦੇ ਇੱਟਾਂ ਮਾਰੀਆਂ ਮੋਢਿਆਂ 'ਤੇ। ਸਾਨੂੰ ਸੜਕ 'ਤੇ ਕੁੱਟ ਕੇ, ਕਣਕ 'ਚ ਸੁੱਟਤਾ, ਬਹੁਤ ਜ਼ਿਆਦਾ ਕੁੱਟਿਆ, ਬੱਸਾਂ ਵਾਲਿਆਂ ਨੇ ਛਡਾਇਆ ਸਾਨੂੰ, ਜਿਹੜੇ ਲੋਕ ਲਾਗੇ ਬੰਨੇ ਸੀ ਉਹਨਾਂ ਨੇ ਪਾਣੀ ਪਿਆਇਆ, ਸਾਨੂੰ ਉਠਾਇਆ, ਅਤੇ ਇੱਕ ਵੀਰ ਸਾਨੂੰ ਘਰੇ ਛੱਡ ਕੇ ਆਇਆ। ਸਾਡੇ ਆਉਂਦਿਆਂ ਨੂੰ ਆਪਣਾ ਜਿਹੜਾ ਟੈਂਪੂ ਸੀ ਉਹਦਾ, ਉਹ ਕਿਸੇ ਦੇ ਘਰੇ ਲਾ ਦਿੱਤਾ, ਅਤੇ ਆਪ ਪਤਾ ਨਹੀਂ ਕਿੱਥੇ ਚਲ ਗਿਆ। ਮਤਲਬ ਮੇਰੀ ਮੰਮਾ ਨੇ ਆਲੂ ਕੁੱਟਣੇ, ਮਿਰਚਾਂ ਤੋੜਨੀਆਂ, ਲੋਕਾਂ ਦੀਆਂ ਮਿੱਟੀਆਂ ਢੋਣੀਆਂ। ਫਿਰ ਅਸੀਂ ਆਪਣੀ ਜ਼ਿੰਦਗੀ ਵੀ ਮਤਲਬ ਥੋੜ੍ਹੀ ਸੌਖੇ ਤਰੀਕੇ ਨਾਲ ਜਿਉਂਦੇ ਹਾਂ। ਚਲੋ ਅਸੀਂ ਰੋਟੀ ਨਹੀਂ ਮਿਲਦੀ ਸਾਨੂੰ ਖਾਣ ਨੂੰ, ਅਤੇ ਇਹ ਚੀਜ਼ ਨੂੰ ਸੋਚਦੇ ਸੀ ਕਿ ਚਲੋ ਕੁੱਟਮਾਰ ਤੋਂ ਬਚੇ ਹਾਂ, ਸਾਨੂੰ ਫ੍ਰੀ ਦੇ ਵਿੱਚ ਘਰ ਮਿਲਿਆ ਰਹਿਣ ਵਾਸਤੇ, ਸਾਡਾ ਇਹ ਸੀ ਕਿ ਚਲੋ ਸਾਡਾ ਕਿਰਾਇਆ ਬਚ ਜਾ ਕਰੂਗਾ।
ਮੈਨੂੰ ਤਾਂ ਹੋਸਟਲ ਪਾਤਾ ਸੀ ਤੇ ਮੇਰੀ ਮੰਮੀ ਨੇ 5 ਸਾਲ ਉਹਨਾਂ ਦੇ ਘਰੇ ਰਹਿ ਕੇ ਕੰਮ ਕੀਤਾ, ਉਹਨਾਂ ਦਾ ਪਿਓ ਸਾਂਭਿਆ, ਉਹਨਾਂ ਦਾ ਘਰ ਬਾਰ ਸਾਂਭਿਆ, ਸਿਲੰਡਰ ਮੇਰੀ ਮੰਮਾ ਭਰਾਉਂਦੇ ਰਹੇ ਸਵਾਈ ਕਰਕੇ, ਕਣਕ ਮੇਰੇ ਨਾਨਕੇ ਵੱਲੋਂ ਆਉਂਦੀ ਸੀ। 5 ਸਾਲ ਦਾ 5 ਲੱਖ ਰੁਪਇਆ ਮਾਰ ਲਿਆ ਉਹਨਾਂ ਨੇ ਸਾਡਾ। ਰਾਤ ਨੂੰ ਮੰਮਾ ਨੇ 9 ਵਜੇ ਪੈਸੇ ਮੰਗੇ ਰਾਤ ਨੂੰ, ਦੀਦੀ ਮੈਨੂੰ ਪੈਸੇ ਦੇ ਦਿਓ ਕਿ ਮੈਨੂੰ ਜਗ੍ਹਾ ਦੀ 10 ਪਈ, ਮੈਂ ਜਗ੍ਹਾ ਲੈਣੀ ਆ। ਤੇ ਉਦਣ ਰਾਤ ਹੀ ਮੇਰੇ ਮੰਮਾ ਤੇ ਮੇਰੇ ਭਰਾ ਨੂੰ ਘਰੋਂ ਕੱਢਤਾ, ਸਾਡੇ ਕੋਲੋਂ ਪੈਸੇ ਨਹੀਂ ਹੈਗੇ, ਅਸੀਂ ਕਾਹਦੇ ਪੈਸੇ ਦੀਏ, ਤੁਸੀਂ ਸਾਡੇ ਕੋਲੋਂ ਖਾਧਾ ਨਹੀਂ। ਜਿਸ ਦਿਨ ਲਿਆਂਦਾ ਉਸ ਦਿਨ 1 ਸਾਲ ਦਾ 1 ਲੱਖ ਰੁਪਇਆ ਕੀਤਾ ਸੀ ਉਹਨਾਂ ਨੇ। ਤਾਂ ਮੰਮਾ ਮੇਰੇ ਨੇ ਮਤਲਬ ਆਪਣੀ ਸਹੇਲੀ ਦੇ ਘਰੇ ਰਾਤ ਕੱਟੀ। ਮੇਰੀ ਮਾਂ ਤੇ ਇੰਨਾ ਹੌਸਲਾ ਨਹੀਂ ਪਿਆ ਕਿ ਮੈਂ ਆਪਣੀ ਭੈਣ ਨੂੰ ਆਪਣੇ ਘਰੇ ਲੈ ਆਵਾਂ। ਮੇਰੀ ਮਾਂ ਸਾਨੂੰ ਸ਼ੁਰੂ ਤੋਂ ਨਫ਼ਰਤ ਕਰਦੀ, ਅੱਜ ਵੀ ਨਫ਼ਰਤ ਕਰਦੀ ਆ। 10th ਦੇ ਵਿੱਚ ਐਡਮਿਸ਼ਨ ਹੋਣੀ ਸੀ, ਮੈਂ 9th ਦੀਆਂ ਛੁੱਟੀਆਂ ਆਈ ਸੀ ਹੋਸਟਲ ਤੋਂ, ਤੇ ਮੈਂ ਜਿੱਦ ਕਰ ਲਈ ਕਿ ਮੰਮੀ ਆਪਣੇ ਘਰੇ ਕੁਛ ਨਹੀਂ, ਮੈਂ ਨਹੀਂ ਜਾਣਾ ਹੋਸਟਲ। ਦੀਦੀ ਸਾਡੇ ਡੱਬੇ ਖਾਲੀ ਸੀ, ਅਸੀਂ ਕਿਰਾਏ 'ਤੇ ਕਮਰੇ 'ਚ ਰਹਿੰਦੇ ਸੀ, ਉੱਥੇ ਹੀ ਰਸੋਈ, ਉੱਥੇ ਹੀ ਸਾਡਾ ਬੈੱਡ, ਲੰਬਾਰੀ, ਸਾਰਾ ਕੁਛ ਉੱਥੇ ਹੀ ਸੀ। 3000 ਰੁਪਏ ਬੈਜ ਹੀ ਫੜਿਆ ਅਤੇ ਅਸੀਂ ਚਾਹ ਦਾ ਖੋਖਾ ਬਣਨ ਵਾਸਤੇ ਦੇ ਦਿੱਤਾ। ਬਾਬਾ ਜੀ ਦੇ ਨਾਂ ਲੈ ਕੇ ਨਾ ਸ਼ੁਰੂ ਤਾਂ ਕਰਤਾ, ਚਲੋ ਸਾਡੀ ਚਾਹ ਵਿਕਣੀ ਸ਼ੁਰੂ ਹੋ ਗਈ, ਕਿਉਂਕਿ ਚੜ੍ਹਨ ਵਾਲਾ ਸਿਆਲ ਸੀ। ਮਤਲਬ ਜਦੋਂ ਦਾ ਅਸੀਂ ਚਾਹ ਦਾ ਕੰਮ ਸ਼ੁਰੂ ਕੀਤਾ, ਸਾਡੇ ਕੁਝ ਕੁ ਰਿਸ਼ਤੇਦਾਰਾਂ ਨੇ ਸਾਡੇ ਤੋਂ ਨਫ਼ਰਤ ਕਰਨੀ ਸ਼ੁਰੂ ਕਰਤੀ, ਤੁਸੀਂ ਸਾਡੀ ਬੇਇੱਜ਼ਤੀ ਕਰਾਤੀ ਆ। ਜਿਹਦੀ ਮੈਂ ਜੱਟ ਜ਼ਿਮੀਂਦਾਰ ਫੈਮਿਲੀ 'ਚੋਂ ਸੀ, ਸਾਡੇ ਕੋਲ ਪੈਲੀ ਬੰਨਾ ਕੁਝ ਨਹੀਂ, ਕਿਉਂਕਿ ਮਾਂ ਦਾ ਝੂਠ ਬੋਲ ਕੇ ਵਿਆਹ ਕੀਤਾ ਸੀ। ਅਤੇ ਹੁਣ ਸਾਡੇ ਰਿਸ਼ਤੇਦਾਰ ਕਾਫ਼ੀ ਵੱਡੇ ਵੱਡੇ ਨੇ, ਮਤਲਬ ਅਮੀਰ ਨੇ, ਅਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਕਿ ਚਾਹ ਦਾ ਖੋਖਾ ਲਾਇਆ ਵਾ। ਚਲੋ ਉਹਨਾਂ ਨੇ ਸਾਨੂੰ ਮਿਹਣੇ ਮਾਰੇ ਨੇ, ਠੀਕ ਆ, ਕਈ ਰਿਸ਼ਤੇਦਾਰਾਂ ਨੇ ਸਾਡੇ ਘਰ ਚਿੱਠੀਆਂ ਘੱਲੀਆਂ ਨੇ ਕਿ ਸਾਨੂੰ ਆਹ ਸਮਾਨ ਸਾਡਾ ਮੋੜਨਾ ਵਾ, ਤੁਹਾਨੂੰ ਲੋਹੜੀ 'ਤੇ ਆਹ ਚੀਜ਼ ਦਿੱਤੀ ਗਈ ਆ, ਮੇਰੀ ਮਾਂ ਦੇ ਉੱਤੇ ਇਹ ਪੈਸੇ ਲੱਗੇ ਨੇ, ਤੁਹਾਡੇ ਭਰਾ 'ਤੇ ਆਹ ਪੈਸੇ ਲੱਗੇ ਨੇ, ਤੁਹਾਨੂੰ ਆਹ ਲੀੜਾ ਕੱਪੜਾ ਦਿੱਤਾ ਗਿਆ, ਸਾਨੂੰ ਵਾਪਸ ਕਰ ਦੇ। ਸਾਡੇ ਕੋਲੇ ਦੇ ਰਿਸ਼ਤੇਦਾਰ ਨੇ ਆ ਕੇ ਨਹੀਂ ਕਿਹਾ, ਸਾਨੂੰ ਚਿੱਠੀ ਲੈ ਕੇ ਭੇਜੀ ਆ। ਮਤਲਬ ਦੀਦੀ ਅਸੀਂ ਖੋਖਾ ਲਾਇਆ ਵਾ ਨਾ, ਸਾਡੇ ਖੁਦ ਦੇ ਕਲਾਸਮੇਟਸ ਵੀ ਸਾਨੂੰ ਮਿਹਣੇ ਮਾਰਦੇ ਨੇ, ਉਹ ਚਾਹ ਵਾਲੇ ਆ ਗਏ, ਮੇਰੇ ਭਰਾ ਨੂੰ ਵੀ, ਮੈਨੂੰ ਵੀ। ਬਹੁਤ ਬੁਰਾ ਲੱਗਦਾ ਦੀਦੀ, ਜੇ ਪਿਓ ਚੰਗਾ ਹੁੰਦਾ ਨਾ ਤੇ ਮਿਹਣੇ ਨਾ ਮਰਾਉਂਦਾ, ਕਿਉਂਕਿ ਮੇਰੀ ਮਾਂ ਦੀ ਉਮਰ ਦੀਦੀ ਬਹੁਤ ਛੋਟੀ ਸੀ ਜਦੋਂ ਵਿਆਹ ਹੋ ਗਿਆ। ਜਿੰਨਾ ਨਾਲ ਮੈਂ ਬਿਲਡਿੰਗ ਕਰਦੀ ਨਹੀਂ, ਮੈਂ ਉਹਨੂੰ ਦੱਸ ਕੇ ਚੱਲ ਗਈ ਇੱਕ ਦਿਨ, ਮੈਂ ਕਿਹਾ ਮੈਂ ਅੰਕਲ ਚੱਲੀ ਗੱਡੀ ਥੱਲੇ ਆਉਣ, ਮੈਂ ਬੜੀ ਦੁਖੀ ਹਾਂ, ਮੇਰੇ ਕੋਲ ਉਸ ਦਿਨ ਕੋਈ ਪੈਸਾ ਨਹੀਂ, ਬਿਮਾਰ ਸੀ। ਫਿਰ ਮੈਨੂੰ ਅੰਕਲ ਮੋੜ ਕੇ ਲਿਆਏ ਟਾਂਗੜੇ, ਕੁੜੀਏ ਭਾਣਾ ਨਾ ਕਰੀ, ਬੱਚੇ ਤੇਰੇ ਰੁਲ ਜਾਣੇ, ਕਿਸੇ ਨੇ ਸਾਨੂੰ ਇਹ ਨਾ ਕਰ ਵੀ ਇਹਨਾਂ ਦੇ ਪਾਪਾ ਨੇ ਕਿਹਾ ਸੀ ਜਿੱਤੀ ਮਖਾਨੇ ਛੱਡ ਆਓ, ਜੋ ਜਿੱਤੀ ਮਸਾਨੇ ਕਹਿੰਦਾ ਨਾ ਮੈਂ ਜੀ ਨੂੰ ਖੁਸ਼ ਹੁੰਦਾ, ਮੈਂ ਤੇ ਮਾਂ ਮੈਂ ਛੱਡ ਨਹੀਂ ਸਕਦੀ ਸੀ। ਮੇਰੀ ਮੰਮੀ ਦਾ ਨਾ ਸ਼ੌਂਕ ਸੀ ਸ਼ੁਰੂ ਤੋਂ ਸਕੂਟਰੀ ਲੈਣ ਦਾ, ਤੇ ਸਾਡੇ ਕੋਲੇ ਦੇ ਰਿਸ਼ਤੇਦਾਰ ਨੇ ਨਾ ਮਿਹਣਾ ਮਾਰਿਆ ਸੀ, ਤੇ ਸਾਡੇ ਕੋਲ 18,000 ਤੇ ਕੁਛ ਰੁਪਏ ਹੋਏ, ਤੇ ਅਸੀਂ ਏਜੰਸੀ 'ਚ ਚਲੇ ਗਏ। ਉਹਨਾਂ ਨੇ ਸਾਨੂੰ ਸਕੂਟਰੀ ਦੇ ਦਿੱਤੀ ਕਿਸ਼ਤਾਂ 'ਤੇ, ਅਸੀਂ ਨਾ ਸਾਰਿਆਂ ਦੇ ਡੱਬਾ ਦੇਣ ਗਏ ਰਿਸ਼ਤੇਦਾਰਾਂ ਦੇ, ਸਾਡੇ ਤੋਂ 10 ਦਿਨ ਪਹਿਲਾਂ ਨਾ ਸਾਡੇ ਰਿਸ਼ਤੇਦਾਰਾਂ ਦੇ ਕੋਲੇ ਦੇ ਨੇ, ਉਹਨਾਂ ਨੇ ਬੁਲਟ ਕਢਾਇਆ ਤੇ ਸਾਰਿਆਂ ਨੇ ਖੁਸ਼ੀਆਂ ਮਨਾਈਆਂ। ਤੇ ਦੀਦੀ ਅਸੀਂ ਡੱਬਾ ਲੈ ਕੇ ਗਏ, ਕਿਸੇ ਨੇ ਡੱਬੇ ਨੂੰ ਮੂੰਹ ਨਹੀਂ ਲਾਇਆ ਕਿ ਕੀ ਪਤਾ ਕਿੱਦਾਂ ਦਾ ਨਹੀਂ, ਹੈ ਨਾ। ਤੇ 1 ਕਿਲੋ ਦਾ 1 ਰਿਸ਼ਤੇਦਾਰ ਦੇ ਘਰ ਖੜਿਆ ਤੇ 1/2 ਕਿਲੋ ਦਾ 1 ਰਿਸ਼ਤੇਦਾਰ ਦੇ ਘਰ ਖੜਿਆ। ਚਲੋ ਜਿਨ੍ਹਾਂ ਦੇ 1/2 ਕਿਲੋ ਦਾ ਡੱਬਾ ਖੜਿਆ, ਉਹ ਰਿਸ਼ਤੇਦਾਰ ਪਤਾ ਸਾਨੂੰ ਕੀ ਕਹਿੰਦੇ, ਕਹਿੰਦੇ ਹੁਣ ਸਕੂਟਰੀ ਲੈ ਤਾਂ ਲਈ ਆ, ਚਲਾਉਣੀ ਪਾਣੀ ਪਾ ਗਿਆ। ਇਹ ਚੀਜ਼ ਨੇ ਦੀਦੀ ਮੈਨੂੰ ਜ਼ਿੰਦਗੀ 'ਚ ਭੁੱਲਦੀ। ਮੇਰੇ ਮੰਮੀ ਨੇ ਸਾਨੂੰ ਨਾ ਫਰਿੱਜ ਲੈ ਕੇ ਦਿੱਤੀ, ਅਸੀਂ ਠੰਡਾ ਪਾਣੀ ਪੀਣ ਨੂੰ ਤਰਸਦੇ ਹੁੰਦੇ ਸੀ। ਅਸੀਂ ਕਿਸੇ ਦੇ ਘਰੇ ਠੰਡਾ ਪਾਣੀ ਲੈਣ ਜਾਣਾ, ਸਾਨੂੰ ਲੋਕਾਂ ਨੇ ਦਬਕੇ ਮਾਰਦੇ ਹੁੰਦੇ ਸੀ ਕਿ ਨਹੀਂ ਅਸੀਂ ਤੁਹਾਡੇ ਲਈ ਫਰਿੱਜਾਂ ਲਾਈਆਂ ਨੇ। ਹੁਣ ਨਾ ਘਰ ਸਾਡਾ ਆਪਣਾ ਵਾ ਅਤੇ ਨਾ ਕੋਈ ਚੀਜ਼, ਬਸ 1-2 ਚੀਜ਼ਾਂ ਬਣਾਈਆਂ, 1 ਸਕੂਟਰੀ, 1 ਫਰਿੱਜ ਬਣਾਈ ਆ, ਹੋਰ ਕੁਛ ਨਹੀਂ ਦੀਦੀ ਸਾਡੇ ਘਰ ਹੈਗਾ। ਭਾਵੇਂ ਦੀਦੀ ਉਹ ਅੱਜ ਸੋਨੇ ਦਾ ਭਾਵੇਂ ਹੀਰਿਆਂ ਦਾ ਬਣ ਜੇ ਕਿ ਮੈਂ ਵਾਪਸ ਆਉਣਾ ਦੀਦੀ, ਅਸੀਂ ਜ਼ਿੰਦਗੀ 'ਚ ਨਾ ਵਾੜੀ। ਮੇਰੀ ਮਾਂ ਨੇ ਨਿੱਕੀ ਉਮਰ ਸਾਨੂੰ ਪਾਲਿਆ ਵਾ ਅਤੇ ਅੱਜ ਅਸੀਂ ਮਤਲਬ ਉਹਦੇ ਕੋਲੋਂ ਚੱਲ ਜਾਈਏ, ਤਾਂ ਇਹ ਬਹੁਤ ਗਲਤ ਗੱਲ ਸਾਡੇ ਲਈ, ਪਾਪ ਆ ਸਾਡੇ ਲਈ ਬਹੁਤ ਵੱਡਾ। ਸਾਨੂੰ ਦੀਦੀ ਕੁੱਟ ਮਾਰ ਭੁੱਲੀ ਨਹੀਂ ਆ, ਹੁਣ ਅਸੀਂ ਵੱਡੇ ਹੋ ਗਏ ਹਾਂ, ਅਸੀਂ ਕਮਾਉਣ ਜੋਗੇ ਹੋ ਗਏ ਹਾਂ। ਜੇ ਉਹ ਹੁਣ ਸਾਡੇ ਕੋਲ ਆਵੇ ਦੀਦੀ, ਸ਼ਰਮ ਦੀ ਗੱਲ ਆ ਕਿ ਅਸੀਂ ਉਹਨੂੰ ਆਪਣੇ ਘਰੇ ਵਾੜ ਲਈਏ, ਕਿਉਂਕਿ ਦੀਦੀ ਉਹ ਤਾਂ ਨਸ਼ੇੜੀ, ਅਸੀਂ ਉਹ ਨਸ਼ੇੜੀ ਨੂੰ ਸਾਂਭ ਕੇ ਆਪਣੀ ਮਾਂ ਨੂੰ ਸੁੱਖ ਦੇਵਾਂਗੇ। ਮੈਂ ਤਾਂ ਚਲੋ ਇਹ ਸੋਚਿਆ ਸੀ ਕਿ ਖੋਖਾ ਚਲੋ ਟਾਈਮ ਪਾਸ ਲਈ ਲਾਉਂਦੇ ਹਾਂ, ਹੈ ਨਾ, ਕਿ ਚਲੋ ਥੋੜ੍ਹਾ ਪੈਸਾ ਕਮਾ ਕੇ ਆਪਾਂ ਕੋਈ ਵਧੀਆ ਚੀਜ਼ ਖੋਲ੍ਹਾਂਗੇ। ਪਰ ਦੀਦੀ ਹੁਣ ਤਾਂ ਇਹਦੇ ਮਿਹਣੇ ਵੱਜਣੇ ਸਾਨੂੰ ਖੋਖੇ ਵਾਲੇ, ਹੈ ਨਾ, ਮੇਰੇ ਰਿਸ਼ਤੇਦਾਰਾਂ ਨੇ ਹੁਣ ਚਾਹ ਨੂੰ ਹੀ ਅੱਗੇ ਲੈ ਕੇ ਜਾਣਾ। ਚਾਹ ਦੇ ਨਾਲ ਚਾਹ ਨਹੀਂ ਛੱਡਣੀ ਜ਼ਿੰਦਗੀ ਦੇ ਵਿੱਚ ਬਣਾਉਣੀ, ਚਾਹ ਦੇ ਨਾਲ ਨਾਲ ਮੈਂ ਹੋਰ ਚੀਜ਼ਾਂ ਐਡ ਕਰੂੰਗੀ।
ਕਰਾਂਗੀ ਇੰਡੀਅਨ ਫੂਡ ਦੇ ਨਾਂ ਤੇ ਬ੍ਰਾਂਡ ਬਣਾਉਂਗੀ। ਮਾੜਾ ਟਾਈਮ ਦੀਦੀ ਸਦਾ ਨਹੀਂ ਰਹਿੰਦਾ, ਇਹ ਚੰਗਾ ਆਊਗਾ। ਅੱਜ ਮੇਰਾ ਖੋਖਾ ਵਾ, ਕੱਲ ਨੂੰ ਇੱਕ ਬ੍ਰਾਂਡ ਬਣੂ। ਜਦੋਂ ਦੀਦੀ ਦੇਖਿਓ ਜਿੱਦਣ ਮੇਰਾ ਬ੍ਰਾਂਡ ਬਣ ਗਿਆ ਨਾ, ਤਾਂ ਮੇਰੇ ਰਿਸ਼ਤੇਦਾਰ ਹੀ ਕਹਿਣਗੇ ਕਿ ਉਹ ਸਾਡੇ ਰਿਸ਼ਤੇਦਾਰਾਂ ਦਾ ਬ੍ਰਾਂਡ ਆ, ਉੱਥੇ ਚੱਲਦੇ ਆ। ਬੜਾ ਦੀਦੀ ਔਖਾ ਟਾਈਮ ਕੱਟ ਗਿਆ, ਅੱਜ ਸਾਡਾ ਖੋਖਾ ਵਾ, ਸਾਡੇ ਲਈ ਇਹੀ ਬਹੁਤ ਵੱਡੀ ਗੱਲ ਆ। ਅਤੇ ਸਾਡਾ ਕੋਈ ਸਾਥ ਨਹੀਂ ਦਿੰਦਾ, ਅਸੀਂ ਆਪਣੇ ਪੈਰਾਂ 'ਤੇ ਆਪ ਆ। ਦੀਦੀ ਹੁੰਦਾ ਦਿਲ ਦੇ ਵਿੱਚ ਕਿ ਪਿਓ ਚੰਗਾ ਹੁੰਦਾ ਅਤੇ ਸਾਨੂੰ ਖੋਖਾ ਨਾ ਲਾਉਣਾ ਪੈਂਦਾ ਅਤੇ ਰਿਸ਼ਤੇਦਾਰ ਦੀ ਗੱਲ ਨਾ ਸੁਣਨੀ ਪੈਂਦੀ। ਪਿਓ ਦਾ ਪਿਆਰ ਸਾਡੀ ਮਾਂ ਨੇ ਦਿੱਤਾ, ਬਹੁਤ ਪਿਆਰ ਦਿੱਤਾ, ਮਤਲਬ ਕਿ ਓਨਾ ਪਿਆਰ ਮੈਨੂੰ ਲੱਗਦਾ ਲੋਕਾਂ ਦੇ ਪਿਓ ਨੇ ਨਹੀਂ ਦਿੱਤਾ ਜਿੰਨਾ ਪਿਆਰ ਸਾਨੂੰ ਸਾਡੀ ਮਾਂ ਤੋਂ ਮਿਲ ਗਿਆ ਵਾ, ਕਿ ਸਾਡਾ ਮਾਂ ਅਤੇ ਸਾਡਾ ਪਿਓ ਸਾਡੀ ਮਾਂ ਹੀ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਸਾਡੇ ਨਾਲ ਕੋਮਲ ਭੈਣ ਮੌਜੂਦ ਨੇ, ਇਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਗਾ। ਭੈਣ ਹੁਣੇ ਚਾਹ ਦੀ ਦੁਕਾਨ ਲਾਉਂਦੇ ਨੇ, ਜਦੋਂ ਛੋਟੇ ਛੋਟੇ ਹੁੰਦੇ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਨੂੰ ਛੱਡ ਕੇ ਚਲੇ ਜਾਂਦੇ ਨੇ। ਗੱਲਬਾਤ ਕਰਦੇ ਹਾਂ, ਸਾਰੀ ਕਹਾਣੀ ਜਾਣਦੇ ਹਾਂ ਇਹਨਾਂ ਤੋਂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਭੈਣੇ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਭੈਣੇ, ਠੀਕ ਠਾਕ? ਹਾਂਜੀ ਭੈਣੇ, ਠੀਕ ਠਾਕ, ਤੁਸੀਂ ਦੱਸੋ। ਆਂਟੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਆ? ਅੱਛਾ, ਜ਼ਿੰਦਗੀ 'ਚ ਛੋਟੀ ਉਮਰ ਤੋਂ ਹੀ ਬਹੁਤ ਕੁਛ ਦੇਖਿਆ ਹੈ ਨਾ ਤੁਸੀਂ, ਕਿਵੇਂ ਬੀਤਦਾ ਬਚਪਨ, ਕੀ ਕੁਛ ਹੁੰਦਾ ਹੈ ਲਾਈਫ ਦੇ ਵਿੱਚ? ਮੰਮਾ ਦੀ ਮੈਰਿਜ ਨਾ ਛੋਟੀ ਏਜ 'ਚ ਹੋ ਗਈ ਸੀ, 16 ਕੁ ਸਾਲ ਦੀ ਜਾਂ 17 ਸਾਲ ਦੀ ਉਮਰ 'ਚ ਮੰਮਾ ਦੀ ਮੈਰਿਜ ਹੋ ਗਈ। ਉਸ ਤੋਂ ਬਾਅਦ ਆ ਮੇਰਾ ਬਰਥ ਹੁੰਦਾ ਆ, ਮੇਰੇ ਬਰਥ 'ਤੇ ਚਲੋ ਹੈ ਨਾ ਖੁਸ਼ੀ ਹੋਈ ਕਿ ਕੁੜੀ ਹੋਈ ਆ। ਉਸ ਤੋਂ ਬਾਅਦ ਆ ਇੱਕ ਡੇਢ ਸਾਲ ਬਾਅਦ ਮੇਰਾ ਬ੍ਰਦਰ ਬਰਥ ਲੈ ਲੈਂਦਾ, ਉਹ ਵੀ ਘੱਟ ਟਾਈਮ 'ਚ। ਅਤੇ ਪਾਪਾ ਮੇਰੇ ਨਸ਼ਾ ਕਰਦੇ ਸੀ, ਅਤੇ ਪਾਪਾ ਮੇਰੇ ਨੇ ਮਤਲਬ ਜਿੰਨਾ ਵੀ ਦਾਜ ਦਿੱਤਾ ਸਾਰਾ ਵੇਚਤਾ ਨਸ਼ੇ ਦੇ ਵਿੱਚ। ਡਰੱਗਸ ਵਗੈਰਾ ਲਾਉਂਦੇ ਸੀ, ਬਹੁਤ ਕੁਝ ਗੰਦੇ ਨਸ਼ੇ ਕਰਦੇ ਸੀ। ਅਤੇ ਮੇਰੇ ਭਰਾ 'ਤੇ ਇੱਕ ਰੁਪਈਆ ਵੀ ਨਹੀਂ ਲਾਇਆ, ਸਾਰਾ ਪੈਸਾ ਮੇਰੇ ਨਾਨਕੇ ਵੱਲੋਂ ਲੱਗਾ ਗਿਆ, ਮਤਲਬ ਕਿ ਜੋ ਵੀ ਆ ਮੇਰਾ ਭਰਾ ਉਹਨਾਂ ਕਰਕੇ ਆ। ਉਸ ਤੋਂ ਬਾਅਦ ਵਿੱਚ ਮੇਰੇ ਮੰਮਾ ਨੂੰ ਕੁੱਟਮਾਰ ਕਰਨੀ, ਅਤੇ 2010 ਦੇ ਵਿੱਚ ਅਸੀਂ ਕਿਰਾਏ 'ਤੇ ਚਲੇ ਗਏ। ਸਾਨੂੰ ਮੀਣੇ ਵੱਜਦੇ ਹੁੰਦੇ ਸੀ, ਮੇਰੇ ਪਾਪਾ ਮੀਣੇ ਮਾਰਦੇ ਸੀ ਕਿ ਮੈਂ ਨਿਆਣੇ ਨਹੀਂ ਪੜ੍ਹਾਉਣੇ ਹੈ, ਕਿ ਮੇਰੇ ਮੰਮਾ ਨੇ ਮੇਰੀ ਸਕੂਲ 'ਤੇ ਐਡਮਿਸ਼ਨ ਕਰਾ ਤੀ, ਸੰਤਰਡੇ ਬੋਰਡਿੰਗ ਸਕੂਲ ਆ, ਉੱਥੇ ਐਡਮਿਸ਼ਨ ਕਰਾ ਤੀ। ਪਾਪਾ ਨੇ ਕਿਤਾਬਾਂ ਪੜ੍ਹਦੇ ਕਿ ਮੈਂ ਨਿਆਣੇ ਨਹੀਂ ਪੜ੍ਹਾਉਣੇ, ਕਿ ਮੈਨੂੰ ਪੈਸੇ ਦੇ, ਮੈਂ ਵਰਤਨੇ ਆ। ਅਤੇ ਉਸ ਤੋਂ ਬਾਅਦ ਵਿੱਚ ਮੰਮਾ ਨੇ ਮੈਨੂੰ ਸਰਕਾਰੀ ਸਕੂਲ ਪਾ ਦਿੱਤਾ ਹੈ ਨਾ, ਕਿ ਚੱਲ ਨਹੀਂ ਪੜ੍ਹਾਉਣਾ ਮੈਂ ਆਪਣੇ ਸਰਕਾਰੀ ਸਕੂਲ ਪੜ੍ਹਾ ਲਾਂਗੀ। ਫਿਰ ਸਾਨੂੰ ਨਾ 10 ਪਈ ਖਡੂਰ ਸਾਹਿਬ ਸਕੂਲ ਦੀ, ਅਤੇ ਸਰਕਾਰੀ ਸਕੂਲ ਮੈਂ 1 ਸਾਲ ਹੀ ਕੱਟਿਆ, ਪਾਪਾ ਕਹਿੰਦੇ ਨਹੀਂ ਪੜ੍ਹਾਉਣਾ। ਉਸ ਤੋਂ ਬਾਅਦ ਵਿੱਚ ਮੰਮਾ ਨੇ ਸਾਨੂੰ ਉੱਥੇ ਸਕੂਲ ਪਾ ਦਿੱਤਾ, ਉੱਥੇ ਵੀ ਪਾਪਾ ਨੇ ਮਾਰ ਕੁੱਟ ਕਰਨੀ, ਮਤਲਬ ਸਕੂਲ ਲਈ ਸਾਡੀ ਮਾਰ ਕੁੱਟ ਕਰਨੀ, ਹਰ ਇੱਕ ਚੀਜ਼ ਨੂੰ ਉਹਨਾਂ ਨੇ ਆਪਣੇ ਵਾਸਤੇ ਰੱਖਣੀ ਕਿ ਮੈਂ ਹੀ ਖਾਣੀ। ਦਾਜ ਮਿਲਿਆ ਉਹ ਵੀ ਵੇਚ ਕੇ ਖਾ ਲਿਆ, ਹਰ ਇੱਕ ਚੀਜ਼ ਆਪਣੇ ਵਾਸਤੇ ਰੱਖੀ ਕਿ ਮੈਂ ਹੀ ਖਾਣੀ ਆ, ਬੱਚਿਆਂ ਲਈ ਕੁਝ ਨਹੀਂ। ਮੰਮਾ ਨੇ ਦਿਹਾੜੀਆਂ ਕਰਨੀਆਂ ਹੈ ਨਾ, ਕਿ ਉਦੋਂ ਅਸੀਂ ਬਹੁਤ ਜ਼ਿਆਦਾ ਛੋਟੇ ਸੀ, ਫਿਰ ਵੀ ਮੰਮਾ ਨੇ ਦਿਹਾੜੀ ਕਰਨੀ, ਕਿਉਂਕਿ ਮੰਮਾ ਜੀ ਇੱਥੇ ਕੁਛ ਵੀ ਨਹੀਂ ਸੀ, ਮੰਮਾ ਨੇ ਕਦੀ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਇਹ ਵੀ ਚੀਜ਼ ਵਰਤੂਗੀ ਕਿ ਮੈਂ ਧੱਕੇ ਖਾਊਂਗੀ ਜਾਂ ਮੈਨੂੰ ਮਾਰ ਕੁੱਟ ਕਰਨਗੇ। ਮਤਲਬ ਸਾਨੂੰ ਝੂਠ ਬੋਲ ਕੇ ਮੰਮੀ ਨਾਲ ਵਿਆਹ ਕੀਤਾ ਗਿਆ ਸੀ ਕਿ ਇਹਦੀ ਪੈਲੀ ਬੰਨਾ ਹੈਗਾ ਵਾ ਕੁਛ, ਪਰ ਨਿਕਲਿਆ ਕੁਛ ਵੀ ਨਹੀਂ, ਮਗਰੋਂ ਬਸ ਇੱਕ ਨਸ਼ੇ ਵਾਲਾ ਬੰਦਾ ਨਿਕਲਿਆ। ਮੰਮਾ ਨੂੰ ਇੰਨਾ ਮਾਰਨਾ ਕੁੱਟਣਾ ਕਦੀ ਸੋਚਿਆ ਹੀ ਨਹੀਂ ਮੰਮਾ ਨੇ। ਮਤਲਬ ਅਸੀਂ ਜਿੱਥੇ ਕਿਰਾਏ 'ਤੇ ਰਹਿੰਦੇ ਸੀ ਨਾ, ਉੱਥੇ ਲੋਹੇ ਦੀਆਂ ਗੜੀਲਾਂ ਲੱਗੀਆਂ ਹੁੰਦੀਆਂ ਸੀ, ਘਰ ਬੜਾ ਵੱਡਾ ਸੀ, ਲੋਹੇ ਦੀ ਗੜੀਲ ਵਿੱਚ ਮੰਮਾ ਦਾ ਹੱਥ ਦੇ ਦੇਣਾ, ਅਤੇ ਮਤਲਬ ਉਹਨੂੰ ਲੌਕ ਕਰ ਦੇਣਾ, ਜਿਹਨੂੰ ਨਾ ਹੱਥ ਦੇ ਕੇ ਨਾ ਲੌਕ ਕਰ ਦੇਣਾ, ਅਤੇ ਮੰਮਾ ਨੇ ਚੀਕਾਂ ਮਾਰਨੀਆਂ ਕਿ ਮੈਨੂੰ ਛੱਡ ਦੇ, ਮੈਂ ਤੇਰੇ ਪੈਸੇ ਦੇ ਦੂੰਗੀ, ਜਾਣ ਬੁੱਝ ਕੇ ਪੈਸੇ ਮੰਗਣੇ। ਜੇ ਮੈਂ ਕਹਿਣਾ ਪਾਪਾ ਛੱਡ ਦਿਓ, ਮਤਲਬ ਸਾਨੂੰ ਨਾ ਬੰਨ ਦੇਣਾ, ਸਾਡਾ ਮੂੰਹ ਬੰਨ ਦੇਣਾ ਕਿ ਤੁਸੀਂ ਚੁੱਪ ਕਰ ਜਾਓ। ਮੇਰਾ ਭਰਾ ਛੋਟਾ ਸੀ, ਉਹਨੂੰ ਗੜੀਲਾਂ ਨਾਲ ਚੁੱਕ ਚੁੱਕ ਕੇ ਮਾਰਨਾ, ਬੜਾ ਬੁਰਾ ਹਾਲ ਕਰਦੇ ਸੀ। ਜੇ ਰੋਟੀ ਦੇਣੀ ਚੁੱਕ ਕੇ ਕੰਧ ਨਾ ਮਾਰ ਦੇਣੀ ਕਿ ਮੈਂ ਨਹੀਂ ਖਾਣੀ, ਮੈਨੂੰ ਪੈਸੇ ਦਿਉ। ਪਰ ਆਟੋ ਉਹ ਚਲਾਉਂਦੇ ਸੀ ਕਿ ਅਸੀਂ ਚਲਾਉਂਦੇ ਸੀ, ਮੇਰੇ ਨਾਨਕਿਆਂ ਨੇ ਆਟੋ ਲੈ ਕੇ ਦਿੱਤਾ ਸੀ,
ਤੇ ਸਾਰੇ ਪੈਸੇ ਸਾਨੂੰ ਸਿਰਫ 20 ਰੁਪਏ ਦੇਣੇ, ਆਪਣੇ ਘਰ ਦਾ ਗੁਜ਼ਾਰਾ ਚਲਾ ਲਓ। ਅੱਛਾ। ਤੇ ਮੰਮਾ ਨੇ ਫਿਰ ਵੀ ਗੁਜ਼ਾਰਾ ਚਲਾਉਣਾ, ਮੰਮਾ ਨੇ ਫਿਰ ਵੀ ਕਹਿ ਦੇਣਾ ਚੱਲ ਕੋਈ ਨਹੀਂ। ਅਸੀਂ ਇੱਕ ਟਾਈਮ ਇਹੋ ਜਿਹਾ ਆਇਆ ਸਾਡੀ ਜ਼ਿੰਦਗੀ 'ਚ ਜਦੋਂ ਸਾਡੇ ਕੋਲੋਂ ਕੁਛ ਵੀ ਨਹੀਂ ਸੀ, ਘਰ ਰੋਟੀ ਖਾਣ ਨੂੰ ਮੇਰੀ ਮੰਮੀ ਨੇ ਆਪ ਰੋਟੀ ਨਹੀਂ ਖਾਣੀ, ਸਾਨੂੰ ਦੇ ਦੇਣੀ ਕਿ ਮਤਲਬ ਸਾ ਮੇਰੀ ਮੇਰੀ ਅਤੇ ਮੇਰੇ ਭਰਾ ਦੀ ਆਦਤ ਆ ਕਿ ਆਪਣੀ ਮੰਮੀ ਨੂੰ ਰੋਟੀ ਦੇ ਕੇ ਹੀ ਖਾਣੀ। ਅਤੇ ਮੰਮਾ ਨੇ ਕਹਿਣਾ ਪੁੱਤ ਮੈਂ ਖਾ ਲਈ ਆ, ਤੁਸੀਂ ਖਾ ਲਓ, ਹੈ ਨਾ। ਪਰ ਜਿਹੜੀ ਸਾਡੇ ਅੱਗੇ ਰੋਟੀ ਪਈ ਹੋਣੀ ਉਹ ਵੀ ਮੇਰੇ ਪਿਓ ਨੇ ਚੁੱਕ ਕੇ ਕੰਧ ਨਾ ਮਾਰਨੀ ਕਿ ਤੁਸੀਂ ਤਾਜ਼ੀਆਂ ਰੋਟੀਆਂ ਖਾਂਦੇ, ਜਦ ਕਿ ਉਹ ਅਸੀਂ ਮੰਗੀਆਂ ਹੋਈਆਂ ਰੋਟੀਆਂ ਸੀ ਸਾਡੀਆਂ ਲੋਕਾਂ ਦੇ ਘਰਾਂ 'ਚੋਂ। ਸਾਡਾ ਸਾਥ ਮਤਲਬ ਬਿਲਕੁਲ ਨਹੀਂ ਦਿੱਤਾ। ਇੱਕ ਪਿਓ ਨਾਂ ਦਾ ਸ਼ਬਦ ਮੈਨੂੰ ਜ਼ਹਿਰ ਲੱਗਦਾ ਅੱਜ ਵੀ ਅਤੇ ਪਹਿਲਾਂ ਵੀ। ਸਾਨੂੰ ਕਹਿੰਦੇ ਸੀ ਕਿ ਪੈਸੇ ਲਿਆ ਕੇ ਦੋ, ਨਾਨਕਿਆਂ ਤੋਂ ਦੀਦੀ ਸਾਨੂੰ ਲੋਹੇ ਦੀਆਂ ਗਡੀਲਾਂ ਵਿੱਚ ਹੱਥ ਦਿੰਦੇ। ਉੱਥੇ ਇੱਕ ਮਰੂਦ ਦਾ ਬੂਟਾ ਹੁੰਦਾ ਸੀ, ਮੰਮਾ ਨੂੰ ਮਰੂਦ ਨਾਲ ਬੰਨ੍ਹ ਕੇ ਰੱਖਣਾ ਸਾਰੀ ਸਾਰੀ ਰਾਤ, ਬੈਲਟਾਂ ਨਾ ਕੁੱਟਣਾ, ਕੋਈ ਵੀ ਚੀਜ਼ ਹੱਥ 'ਚ ਆਉਣੀ ਮੰਮਾ ਦੇ ਮਾਰ ਦੇਣੀ। ਮੰਮਾ ਦੇ ਸਿਰ 'ਚ ਨਾ ਮਾਰੀ ਹੋਈ ਆ, ਇੱਟ ਮਾਰੀ ਹੋਈ ਆ, ਉਹਦੇ ਨਾਲ ਸਿਰ ਦੀ ਹੱਡੀ ਤਿੜਕੀ ਹੋਈ ਆ, ਮੰਮਾ ਦੇ ਪੈਰ 'ਤੇ ਮਤਲਬ ਕਿ ਕਈ ਮਾਰੀ ਹੋਈ ਆ, ਹੱਥ 'ਤੇ ਦਾਤਰ ਮਾਰਿਆ, ਅੱਜ ਵੀ ਉਹ ਨਿਸ਼ਾਨ ਹੈਗੇ। ਇੱਟ ਕਾਹਤੋਂ ਮਾਰੀ? ਕਿ ਬਸ ਆਹੀ ਗੱਲ ਕਹਿੰਦੇ ਮੈਨੂੰ ਪੈਸੇ ਦੇ, ਮੈਂ ਨਿਆਣੇ ਪੜ੍ਹਾਉਣੇ ਨਹੀਂ ਆ। ਪਰ ਸਾਡਾ ਸੁਪਨਾ, ਮੇਰੀ ਮਾਂ ਦਾ ਸੁਪਨਾ ਕਿ ਮੈਂ ਨਹੀਂ ਪੜ੍ਹੀ, ਮੇਰੇ ਬੱਚੇ ਪੜ੍ਹ ਜਾਣ। ਸਾਡੇ ਘਰ ਕੁਛ ਵੀ ਨਹੀਂ ਹੈਗਾ ਸੀ ਖਾਣ ਨੂੰ, ਅਤੇ ਪਾਪਾ ਮੇਰੇ ਕਹਿੰਦੇ ਕਿ ਮੈਨੂੰ ਪੈਸੇ ਦਿਉ, ਅਤੇ ਅਸੀਂ ਕਿ ਪੈਸੇ ਅਸੀਂ ਕਿੱਥੋਂ ਦੇ ਦਈਏ। ਫਿਰ ਚੁੱਕ ਕੇ ਕਈ ਮਾਰਤੀ ਕਿ ਤੂੰ ਤਾਂ ਬਸ ਮੇਰੇ ਘਰੋਂ ਖਾਧਾ ਹੀ ਆ, ਮੈਨੂੰ ਤਾਂ ਦਿੱਤਾ ਨਹੀਂ ਤੂੰ ਕੁਝ, ਜਦ ਕਿ ਮੇਰੀ ਮੰਮੀ ਨੇ ਕੁਝ ਖਾਧਾ ਹੀ ਨਹੀਂ ਉਹਦੇ ਘਰੋਂ, ਉਹਨੇ ਕਮਾ ਕੇ ਦਿੱਤਾ ਹੀ ਨਹੀਂ। ਘਰੇ ਨਲਕਾ ਹੁੰਦਾ ਸੀ, ਉਹ ਵੀ ਪੁੱਟ ਕੇ ਵੇਚਤਾ, ਹਰ ਇੱਕ ਚੀਜ਼ ਨੂੰ ਵੇਚਤਾ। ਕੋਈ ਸਾਡਾ ਸਾਥ ਦਿੱਤਾ ਹੀ ਨਹੀਂ ਜ਼ਿੰਦਗੀ 'ਚ ਪਾਪਾ ਨੇ। ਸਾਨੂੰ ਵੀ ਬੰਨ੍ਹ ਕੇ ਰੱਖਦੇ ਸੀ, ਮਤਲਬ ਸਾਨੂੰ ਬੰਨ੍ਹ ਕੇ ਬੈਲਟਾਂ ਮਾਰਦੇ ਹੁੰਦੇ ਸੀ, ਸਾਨੂੰ ਲੋਕ ਛਡੋਦੇ ਹੁੰਦੇ ਸੀ। ਅਸੀਂ ਰਾਤ ਨੂੰ ਨਾ ਕਿਸੇ ਦੇ ਘਰ ਜਾ ਕੇ ਸੋਣਾ, ਜਦੋਂ ਸਾਨੂੰ ਜ਼ਿਆਦਾ ਤੰਗ ਕਰਨਾ, ਜਦੋਂ ਸਾਨੂੰ ਜਾਨੋਂ ਮਾਰਨ ਤੱਕ ਜਾਂਦੇ ਹੁੰਦੇ ਸੀ, ਅਤੇ ਉਦੋਂ ਅਸੀਂ ਲੋਕਾਂ ਦੇ ਘਰਾਂ 'ਚ ਦੀਦੀ ਰਹਿ ਕੇ ਗੁਜ਼ਾਰਾ ਕੀਤਾ। ਉਦੋਂ ਜਿਹੜੀ ਬਹੁਤ ਜ਼ਿਆਦਾ 10 ਸਾਲ ਤੋਂ ਵੀ ਛੋਟੀ ਸੀ, ਮੈਨੂੰ ਲੱਗਦਾ 10 ਵੀ ਨਹੀਂ ਹੈਗੇ ਸੀ ਮੇਰੀ ਏਜ ਉਦੋਂ। ਭਰਾ ਤਾਂ ਦੀਦੀ ਮਤਲਬ ਰਿੜਦਾ ਸੀ, ਜਿੱਦਾਂ ਮਤਲਬ ਕਿ ਕਹਿ ਦਿਉ ਉਹ ਤੋਂ ਚੱਲਿਆ ਨਹੀਂ ਜਾਂਦਾ ਸੀ, ਕਮਜ਼ੋਰ ਸੀ ਨਾ, ਉਹਦੀ ਉਮਰ ਮੇਰੇ ਤੋਂ 1-2 ਸਾਲ ਛੋਟੀ, 7-8 ਸਾਲ ਦਾ ਹੋਣਾ ਦੀਦੀ ਉਹ ਵੀ ਉਦੋਂ। ਬੱਚਿਆਂ ਅਤੇ ਬਗਾਨੇ ਬੰਦੇ ਨੂੰ ਵੀ ਪਿਆਰ ਆ ਜਾਂਦਾ ਜਦੋਂ ਛੋਟੇ ਹੁੰਦੇ, ਹੈ ਨਾ। ਅਤੇ ਕਦੀ ਉਹਨਾਂ ਨੂੰ ਤੁਹਾਡੇ 'ਤੇ ਪਿਆਰ ਨਹੀਂ ਆਇਆ ਸੀ? ਦੀਦੀ ਪਿਆਰ ਕਦੇ ਉਹਨਾਂ ਨੇ ਜਿਤਾਇਆ ਹੀ ਨਹੀਂ, ਮਤਲਬ ਹਮੇਸ਼ਾ ਮਾਰਨਾ ਕੁੱਟਣਾ। ਕਦੀ ਸਾਨੂੰ ਅੱਜ ਤੱਕ ਸੂਟ ਨਹੀਂ ਲੈ ਕੇ ਦਿੱਤਾ। ਇੱਕ ਵਾਰੀ ਮੇਰੇ ਭਰਾ ਨੇ ਮਰਬਾ ਮੰਗ ਲਿਆ ਸੀ, ਅਤੇ ਮੇਰੇ ਭਰਾ ਨੂੰ 3 ਦਿਨ ਨਾਲ ਖੜਿਆ, ਪੁੱਤ ਅੱਜ ਲੈ ਦਿੰਦੇ ਹਾਂ ਅੱਜ ਪੈਸੇ। ਮੇਰੇ ਭਰਾ ਨੇ ਆਟੋ 'ਤੇ ਚੜ੍ਹ ਜਾਣਾ, ਚੱਲ ਜਾਣਾ, ਗਰਮੀਆਂ ਦੀਆਂ ਛੁੱਟੀਆਂ ਉਹ, ਅਤੇ ਅਗਲੇ ਦਿਨ ਫਿਰ ਜਾਣਾ, ਪੁੱਤ ਅੱਜ ਲੈ ਦਿੰਦੇ ਹਾਂ। ਫਿਰ ਲੈ ਕੇ ਨਹੀਂ ਦੇਣਾ, 3 ਦਿਨ ਪੁੱਤ ਅੱਜ ਲੈ ਦਿੰਦੇ ਹਾਂ, ਠੀਕ ਆ, ਨਹੀਂ ਲੈ ਕੇ ਦਿੱਤਾ। ਮੇਰੀ ਮੰਮਾ ਨੇ ਕਿਸੇ ਕੋਲੋਂ 100 ਰੁਪਇਆ ਫੜਿਆ, ਮਰਬਾ ਲੈ ਤਾ। ਮੇਰਾ ਭਰਾ ਬੜਾ ਰੋਇਆ ਕਿ ਸਾਨੂੰ ਕੁਝ ਨਹੀਂ ਲੈ ਕੇ ਦਿੰਦਾ ਸਾਡਾ ਪਾਪਾ। ਮਤਲਬ ਕਿ ਸਾਨੂੰ ਨਾ ਹਰਟ ਫੀਲ ਹੁੰਦਾ ਸੀ ਕਿ ਲੋਕਾਂ ਦੇ ਮਤਲਬ ਫਾਦਰ ਆਉਂਦੇ ਨੇ, ਖੁਸ਼ੀ ਖੁਸ਼ੀ ਰਿਜ਼ਲਟ ਲੈ ਕੇ ਜਾਂਦੇ ਨੇ, ਖੁਸ਼ੀਆਂ ਮਨਾਉਂਦੇ ਨੇ, ਉਹਨਾਂ ਨੂੰ ਮਤਲਬ ਕਿ ਚੁੱਕਦੇ ਨੇ, ਹੈ ਨਾ। ਅਸੀਂ ਉਦੋਂ ਛੋਟੇ ਸੀ, ਸਾਨੂੰ ਉਹ ਚੀਜ਼ ਫੀਲ ਹੁੰਦੀ ਸੀ ਉਦੋਂ ਕਿ ਯਾਰ ਸਾਡੇ ਨਾਲ ਕਿਉਂ ਨਹੀਂ ਆਉਂਦੇ। ਬਾਅਦ ਵਿੱਚ ਸਾਨੂੰ ਹੌਲੀ ਹੌਲੀ, ਹੈ ਨਾ, ਪਤਾ ਲੱਗਾ ਆਪਣੀ ਜ਼ਿੰਦਗੀ ਦਾ ਕਿ ਸਾਡਾ ਮਾਂ ਅਤੇ ਸਾਡਾ ਪਿਓ ਸਾਡੀ ਮਾਂ ਹੀ ਆ। ਅਸੀਂ ਪਿਓ ਨੂੰ ਭੁਲਾ ਬੈਠੇ ਫਿਰ, ਪਰ ਫਿਰ ਵੀ ਅੱਜ ਵੀ ਕਦੇ ਨਾ ਕਦੇ ਇਹ ਫੀਲ ਹੁੰਦਾ ਕਿ ਜੇ ਉਹ ਚੰਗਾ ਹੁੰਦਾ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ, ਪਰ ਉਹ ਹੈ ਹੀ ਮਾੜਾ। ਉਹ ਤਾਂ ਸਿਰਫ ਇੱਕ ਨਾਂ ਦਾ ਪਿਓ ਆ, ਪਿਓ ਹੈ ਨਹੀਂ ਆ, ਉਹ ਇੱਕ ਮਤਲਬ ਬਹੁਤ ਗੰਦਾ ਇਨਸਾਨ ਆ। ਸਾਡਾ ਪਿਓ ਸਾਡੀ ਮਾਂ, ਮਾਂ ਹੀ ਸਾਡਾ ਪਿਓ ਆ, ਅਤੇ ਇਹੀ ਸਾਡੀ ਮਾਂ ਆ। ਅਸੀਂ ਸ਼ੁਰੂ ਤੋਂ ਹੀ ਮੰਨਿਆ ਹੋਇਆ ਵਾ, ਅਤੇ ਅੱਗੇ ਵੀ ਮੰਨਾਂਗੇ, ਕਿਉਂਕਿ ਉਹ ਤਾਂ ਇੱਕ ਨਾਂ ਦਾ ਹੀ ਆ। ਜਦੋਂ ਕੁੱਟਮਾਰ ਹੁੰਦੀ ਆ, ਉਸ ਤੋਂ ਅੱਗੇ ਫਿਰ ਅਸੀਂ ਕਿਰਾਏ 'ਤੇ ਚੱਲ ਜਾਂਦੇ ਹਾਂ। ਮਤਲਬ ਮੇਰੀ ਮੰਮਾ ਨੇ ਆਲੂ ਪੁੱਟਣੇ,
ਮਿਰਚਾਂ ਤੋੜਨੀਆਂ, ਲੋਕਾਂ ਦੀਆਂ ਮਿੱਟੀਆਂ ਢੋਣੀਆਂ, ਅਤੇ ਫਿਰ ਅਸੀਂ ਆਪਣੀ ਜ਼ਿੰਦਗੀ ਵੀ ਮਤਲਬ ਥੋੜ੍ਹੀ ਸੌਖੇ ਤਰੀਕੇ ਨਾਲ ਜਿਉਂਦੇ ਹਾਂ ਕਿ ਸ਼ੁਕਰ ਹੈ ਸਾਨੂੰ ਕੁੱਟ ਮਾਰ ਬਚੀ, ਚਲੋ ਅਸੀਂ ਰੋਟੀ ਨਹੀਂ ਮਿਲਦੀ ਸਾਨੂੰ ਖਾਣ ਨੂੰ, ਮਤਲਬ ਫਿਰ ਵੀ ਅਸੀਂ ਕਹਿੰਦੇ ਇਹ ਚੀਜ਼ ਨੂੰ ਸੋਚਦੇ ਸੀ ਕਿ ਚਲੋ ਕੁੱਟ ਮਾਰ ਤੋਂ ਬਚੇ ਹਾਂ। ਸਾਡੇ ਪਾਪਾ ਨੇ ਸਾਨੂੰ ਇੱਕ ਦਿਨ ਇੱਦਾਂ ਦਾ ਆਇਆ ਕਿ ਮੇਰੇ ਨਾਨਕਿਆਂ ਵੱਲੋਂ 50,000 ਰੁਪਇਆ ਸਾਨੂੰ ਦਿੱਤਾ ਗਿਆ ਕਿ ਬੱਚਿਆਂ ਦੀ ਐਡਮਿਸ਼ਨ ਕਰਾ ਦਿਓ, 3rd class ਦੀ ਐਡਮਿਸ਼ਨ ਹੋਣੀ ਸੀ ਮੇਰੀ। ਅਤੇ ਚਲੋ ਸਕੂਲ ਵੱਲੋਂ ਇਹੋ ਜਿਹਾ ਟਾਈਮ ਆਇਆ ਕਿ ਉਹਨਾਂ ਨੇ ਕਹਿ ਤਾ ਕਿ ਐਡਮਿਸ਼ਨਸ ਔਫ ਨੇ, ਤੁਸੀਂ ਨੈਕਸਟ ਡੇ ਆਇਓ, ਕਿ ਅੱਜ ਔਫ ਹੋ ਗਏ ਨੇ। ਤਾਂ ਅਸੀਂ ਕਿਹਾ ਚਲੋ ਕੋਈ ਨਹੀਂ ਆਪਾਂ ਕੱਲ੍ਹ ਆ ਜਾਵਾਂਗੇ। ਰਸਤੇ 'ਚ ਜਾਂਦੇ ਹਾਂ ਪਤਾ ਨਹੀਂ ਮੇਰੇ ਪਿਓ ਦੇ ਦਿਲ 'ਚ ਕੀ ਆਇਆ, ਸਾਨੂੰ ਸੜਕ 'ਤੇ ਕੁੱਟ ਕੇ ਕਣਕ 'ਚ ਸੁੱਟਤਾ, ਬਹੁਤ ਜ਼ਿਆਦਾ ਕੁੱਟਿਆ, ਬੱਸਾਂ ਵਾਲਿਆਂ ਨੇ ਛਡਾਇਆ, ਮੇਰੇ ਸਕੂਲ ਦੀਆਂ ਬੱਸਾਂ ਵਾਲਿਆਂ ਨੇ ਛਡਾਇਆ ਸਾਨੂੰ, ਕਿਉਂਕਿ ਉਹ ਉਦੋਂ ਸਕੂਲ ਲੱਗਦੇ ਸੀ ਪਰ ਅਸੀਂ ਨਹੀਂ ਸਕੂਲ ਜਾਂਦੇ ਸੀ। ਅਤੇ ਉੱਦਣ ਇੱਕ ਦਿਨ ਪਹਿਲਾਂ ਅਸੀਂ ਨਾਨਕੇ ਪੈਸੇ ਫੜ ਕੇ ਲਿਆਉਂਦੇ ਕਿ ਸਾਡੀ ਐਡਮਿਸ਼ਨਾਂ ਕਰਾਉਣੀਆਂ ਨੇ, ਅਤੇ ਸਾਡੇ ਕੋਲੋਂ ਪੈਸੇ ਖੋਲ੍ਹੇ, ਮਤਲਬ ਮੰਮਾ ਮੇਰੇ ਕੋਲ ਪੈਸੇ ਸੀ ਖੋਲ੍ਹੇ, ਅਤੇ ਐਂ ਨਹੀਂ ਪਤਾ ਸੀ ਗੱਡੀ ਦੇ ਵਿੱਚ ਇੱਟ ਰੱਖੀ ਸੀ ਉਹਨਾਂ ਨੇ ਆਪਣੀ 'ਚ, ਆਟੋ ਦੇ ਵਿੱਚ ਪਹਿਲਾਂ ਹੀ ਇੱਟ ਰੱਖ ਕੇ ਤੁਰੇ ਸੀ, ਅਤੇ ਉਹੀ ਇੱਟ ਚੁੱਕ ਕੇ ਮੰਮਾ ਦੇ ਮੋਢਿਆਂ 'ਤੇ ਮਾਰਨੇ ਸ਼ੁਰੂ ਕਰਤੀਆਂ, ਮੇਰੇ ਮਾਰੀਆਂ, ਮੇਰੇ ਭਰਾ ਦੇ ਇੱਟਾਂ ਮਾਰੀਆਂ ਮੋਢਿਆਂ 'ਤੇ, ਕਿ ਸਾਡੇ ਦਰਦ ਹੋਣੀ ਸਟਾਰਟ ਹੋ ਗਈ, ਅਤੇ ਸਾਨੂੰ ਪੈਲੀ 'ਚ ਸੁੱਟ ਕੇ ਚਲ ਗਏ, ਸਾਨੂੰ ਜਿਹੜੇ ਲੋਕ ਲਾਗੇ ਬੰਨੇ ਸੀ ਉਹਨਾਂ ਨੇ ਪਾਣੀ ਪਿਆਇਆ, ਸਾਨੂੰ ਉਠਾਇਆ, ਅਤੇ ਇੱਕ ਵੀਰ ਸਾਨੂੰ ਘਰ ਛੱਡ ਕੇ ਆਇਆ, ਅਤੇ ਘਰ ਜਾ ਕੇ ਅਸੀਂ ਹੈ ਨਾ ਆਪਣੇ ਆਪ ਨੂੰ ਸੰਭਾਲਿਆ ਸੀ, ਕਿਆ ਫੋਨ ਲਾਇਆ, ਮੇਰੇ ਪਿਓ ਦਾ ਫੋਨ ਬੰਦ ਆਉਂਦਿਆ ਸੀ, ਸਾਡੇ ਆਉਂਦਿਆਂ ਨੂੰ ਆਪਣਾ ਜਿਹੜਾ ਟੈਂਪੂ ਸੀ ਉਹਦਾ ਉਹ ਕਿਸੇ ਦੇ ਘਰ ਲਾ ਤਾ, ਅਤੇ ਆਪ ਪਤਾ ਨਹੀਂ ਕਿੱਥੇ ਚਲ ਗਿਆ, ਹਰਿਆਣੇ ਚਲ ਗਏ, 1.5-2 ਮਹੀਨੇ ਬਾਅਦ ਆਏ, ਆਪਣਾ ਕੱਪੜਾ ਲੀੜਾ ਲੈ ਕੇ ਫਿਰ ਚਲ ਗਏ। ਫਿਰ ਅਸੀਂ ਖਡੂਰ ਸਾਹਿਬ ਤੋਂ ਬਾਅਦ ਅਸੀਂ ਕਿਰਾਏ 'ਤੇ ਚਲ ਗਏ ਖਡੂਰ ਸਾਹਿਬ, ਕਿਉਂਕਿ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਕਿਰਾਇਆ ਵੱਧ ਗਿਆ, ਅਸੀਂ ਖਡੂਰ ਸਾਹਿਬ ਚਲ ਗਏ, ਖਡੂਰ ਸਾਹਿਬ ਸਾਡਾ ਬੱਸ ਦਾ ਕਿਰਾਇਆ ਬਚ ਗਿਆ, ਰਹਿ ਗਏ ਸਾਡੀਆਂ ਫੀਸਾਂ। ਮੇਰੀ ਮੰਮਾ ਨੇ ਮਤਲਬ ਸਵਾਈ ਕਰਦੇ ਹੁੰਦੇ ਸੀ, ਜਿਨ੍ਹਾਂ ਦੇ ਘਰ ਰਹਿੰਦੇ ਸੀ ਉਹਨਾਂ ਦੇ ਘਰ ਸਫਾਈ ਕਰਨੀ, ਉਹਨਾਂ ਦੀਆਂ ਸਲਵਾਰਾਂ ਸੀਣੀਆਂ, ਸਾਰੇ ਕੰਮ ਕਰਨਾ, ਅਤੇ ਫਿਰ ਜਾ ਕੇ ਸਾਡੀਆਂ ਫੀਸਾਂ ਤਰਨੀਆਂ। ਰੋਟੀ ਜਿਹੜੀ ਅਸੀਂ ਲੰਗਰੋਂ ਖਾਂਦੇ ਸੀ, ਕਿਉਂਕਿ ਇੰਨੇ ਪੈਸੇ ਨਹੀਂ ਹੈਗੇ ਸੀ ਕਿ ਹਾਂਜੀ ਗੁਰਦੁਆਰਾ ਸਾਹਿਬ ਤੋਂ ਰੋਟੀ ਖਾਂਦੇ ਸੀ ਮਾਤਾ ਖੀਵੀ ਲੰਗਰ 'ਚੋਂ ਕਿ ਅਸੀਂ ਆਪਣੀ ਰੋਟੀ ਪਕਾ ਲਈਏ। ਉਸ ਤੋਂ ਬਾਅਦ ਵਿੱਚ ਅਸੀਂ ਸਕੂਲ ਦੇ ਵਿੱਚ ਪੜ੍ਹਨਾ, ਪੜ੍ਹਾਈ ਦੇ ਵਿੱਚ ਦੀਦੀ ਮੈਂ ਬਹੁਤ ਜ਼ਿਆਦਾ ਵਧੀਆ, ਅੱਜ ਵੀ ਹਾਂ ਅਤੇ ਪਹਿਲਾਂ ਵੀ ਸੀ, ਅਤੇ ਉਸ ਤੋਂ ਬਾਅਦ ਵੀ ਮੇਰੀ ਪੜ੍ਹਾਈ ਫ੍ਰੀ ਕਰਤੀ ਮੇਰੇ ਸਕੂਲ ਵਾਲਿਆਂ ਨੇ। ਅਤੇ ਫਿਰ ਇਹੋ ਜਿਹਾ ਟਾਈਮ ਸਾਡੇ 'ਤੇ ਆਇਆ ਕਿ ਸਾਨੂੰ ਖਡੂਰ ਸਾਹਿਬ ਵੀ ਛੱਡਣਾ ਪੈ ਗਿਆ, ਸਾਨੂੰ ਫ੍ਰੀ ਦੇ ਵਿੱਚ ਘਰ ਮਿਲਿਆ ਰਹਿਣ ਵਾਸਤੇ, ਸਾਡਾ ਇਹ ਸੀ ਕਿ ਚਲੋ ਸਾਡਾ ਕਿਰਾਇਆ ਬਚ ਜਾ ਕਰੂਗਾ। ਅਸੀਂ ਉਹ ਫ੍ਰੀ ਦੇ ਘਰ ਦੇ ਵਿੱਚ ਚਲ ਗਏ, 5 ਸਾਲ ਮੇਰੀ ਮਾਂ ਨੇ ਉੱਥੇ ਮਿਹਨਤ ਕੀਤੀ, ਮਤਲਬ ਮੈਨੂੰ ਤਾਂ ਹੋਸਟਲ ਪਾ ਤਾ ਸੀ, ਮੈਂ 6th class 'ਚ ਹੋਸਟਲ ਚਲ ਗਈ ਸੀ ਗੁਰਦਾਸਪੁਰ, ਮੈਂ ਉੱਥੇ ਰਹੀ, ਚਲੋ ਮੇਰੀ ਸੇਫਟੀ ਸੀ। ਅਤੇ ਮੇਰੀ ਮੰਮੀ ਨੇ 5 ਸਾਲ ਉਹਨਾਂ ਦੇ ਘਰ ਰਹਿ ਕੇ ਕੰਮ ਕੀਤਾ, ਉਹਨਾਂ ਦਾ ਪਿਓ ਸਾਂਭਿਆ, ਉਹਨਾਂ ਦਾ ਘਰ ਬਾਰ ਸਾਂਭਿਆ, ਸਿਲੰਡਰ ਮੇਰੀ ਮੰਮਾ ਭਰਾਉਂਦੇ ਰਹੇ ਸਵਾਈ ਕਰਕੇ, ਕਣਕ ਮੇਰੇ ਨਾਨਕੇ ਵੱਲੋਂ ਆਉਂਦੀ ਸੀ, ਮਤਲਬ 5 ਸਾਲ ਦਾ 5 ਲੱਖ ਰੁਪਇਆ ਮਾਰ ਲਿਆ ਉਹਨਾਂ ਨੇ ਸਾਡਾ, ਮਤਲਬ ਸਾਨੂੰ ਇੰਨੀ ਗੱਲ ਕਹਿਤੀ। ਰਾਤ ਨੂੰ ਮੰਮਾ ਨੇ 9 ਵਜੇ ਪੈਸੇ ਮੰਗੇ ਰਾਤ ਨੂੰ ਕਿ ਦੀਦੀ ਮੈਨੂੰ ਪੈਸੇ ਦੇ ਦਿਓ ਕਿ ਮੈਨੂੰ ਜਗ੍ਹਾ ਦੀ 10 ਪਈ, ਮੈਂ ਜਗ੍ਹਾ ਲੈਣੀ ਆ। ਅਤੇ ਉੱਦਣ ਰਾਤ ਹੀ ਸਾਨੂੰ ਘਰੋਂ ਕੱਢਤਾ, ਮੇਰੇ ਮੰਮਾ ਨੂੰ, ਮੇਰੇ ਮੰਮਾ ਅਤੇ ਮੇਰੇ ਭਰਾ ਨੂੰ ਘਰੋਂ ਕੱਢਤਾ ਕਿ ਸਾਡੇ ਕੋਲੋਂ ਪੈਸੇ ਨਹੀਂ ਹੈਗੇ, ਅਸੀਂ ਕਾਹਦੇ ਪੈਸੇ ਦੀਏ, ਤੁਸੀਂ ਸਾਡੇ ਕੋਲੋਂ ਖਾਧਾ ਨਹੀਂ। ਪਰ ਜਦਕਿ ਜਿਹੜੀ ਕਣਕ ਜਿਹੜਾ ਸਿਲੰਡਰ ਮੇਰੀ ਮਾਂ ਭਰਾਉਂਦੀ ਸੀ, ਜਿਸ ਦਿਨ ਲਿਆਂਦਾ ਉਸ ਦਿਨ 1 ਸਾਲ ਦਾ 1 ਲੱਖ ਰੁਪਇਆ ਕੀਤਾ ਸੀ ਉਹਨਾਂ ਨੇ, ਫਿਰ ਅੱਗੇ ਸਾਨੂੰ ਕੁਝ ਨਹੀਂ ਦਿੱਤਾ। ਫਿਰ ਉਸ ਦਿਨ ਮੇਰੀ ਮੰਮਾ ਨੂੰ ਘਰੋਂ ਕੱਢਤਾ, ਮੰਮਾ ਮੇਰੇ ਨੇ ਮਤਲਬ ਆਪਣੀ ਸਹੇਲੀ ਦੇ ਘਰ ਰਾਤ ਕੱਟੀ, ਮੇਰੀ
ਦਾ ਇੰਨਾ ਹੌਸਲਾ ਨਹੀਂ ਪਿਆ ਕਿ ਮੈਂ ਆਪਣੀ ਭੈਣ ਨੂੰ ਆਪਣੇ ਘਰ ਲੈ ਆਵਾਂ, ਮਤਲਬ ਇੰਨਾ ਹੌਸਲਾ ਨਹੀਂ ਪਿਆ। ਮੇਰੀ ਸਾਨੂੰ ਸ਼ੁਰੂ ਤੋਂ ਨਫ਼ਰਤ ਕਰਦੀ ਆ, ਅੱਜ ਵੀ ਨਫ਼ਰਤ ਕਰਦੀ ਆ। ਉਹਦੀ ਪੱਕੀ ਪੱਕੀ ਸਹੇਲੀ ਆ, ਉਹਨਾਂ ਨੇ ਵੀ ਨਹੀਂ ਕਦੀ ਸੋਚਿਆ, ਸਾਡੇ ਰਿਸ਼ਤੇਦਾਰ ਜਿਹੜੇ ਸੀ ਉਹਨਾਂ ਨੇ ਵੀ ਨਹੀਂ ਸੋਚਿਆ ਕਿ ਚਲੋ ਰਾਤ ਦਾ ਸਮਾਂ ਵਾ, ਕਿੱਥੇ ਲੈ ਕੇ ਜਾਊ ਆਪਣਾ ਛੋਟਾ ਜਿਹਾ ਜਵਾਕ। ਹੈ ਨਾ, ਮੇਰਾ ਭਰਾ ਉਹਦੇ ਫਿਫਥ ਤੋਂ ਬਾਅਦ ਮੇਰਾ ਸਿਕਸਥ 'ਚ ਪੜ੍ਹਦਾ ਸੀ, ਨਿੱਕ ਦੇ ਵਿੱਚ ਸੀ, ਅਤੇ ਇਹਨੂੰ ਆਪਾਂ ਆਪਣੇ ਘਰ ਰੱਖ ਲਈਏ। ਫਿਰ ਮੇਰੇ ਮੰਮਾ ਨੇ ਆਪਣੀ ਸਹੇਲੀ ਦੇ ਘਰ ਰਾਤ ਕੱਟੀ, ਉਹ ਤੋਂ ਅਗਲੇ ਦਿਨ ਕਿਰਾਏ 'ਤੇ ਕਮਰਾ ਪਤਾ ਕੀਤਾ, ਕਿਰਾਏ 'ਤੇ ਰਹੇ, ਤਿੰਨ ਚਾਰ ਦਿਨ ਰਹੇ, ਫਿਰ ਮਤਲਬ ਸਾਰੀ ਸਫਾਈ ਕੀਤੀ, ਅਤੇ ਤੀਜੇ ਦਿਨ ਉਹੀ ਘਰ ਵੇਖ ਗਿਆ। ਮਤਲਬ ਕਿ ਮੇਰੀ ਮਾਂ ਸਫਾਈ ਕਰਦੀ ਮਰ ਗਈ, ਔਰ ਤੀਜੇ ਦਿਨ ਬਾਅਦ ਉਹੀ ਘਰ ਵੇਖ ਗਿਆ। ਅਤੇ ਫਿਰ ਮੇਰੀ ਮੰਮਾ ਨੇ ਕਿਤੇ ਹੋਰ ਕਮਰਾ ਪਤਾ ਕੀਤਾ ਕਿਰਾਏ 'ਤੇ। ਚਲੋ ਫਿਰ ਉੱਥੇ ਮਤਲਬ ਕਿ 2 ਕੁ ਸਾਲ ਮੇਰੀ ਮੰਮਾ ਰਹੇ, 2-2.5 ਸਾਲ ਉੱਥੇ ਰਹੇ। ਫਿਰ ਮੈਂ ਆ ਗਈ, ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਸੀ। ਪਿੱਛੋਂ ਮੇਰੀ ਮੰਮਾ ਨੇ ਮੈਨੂੰ ਸਾਰੀਆਂ ਗੱਲਾਂ ਫੋਨ 'ਤੇ ਦੱਸਦੇ ਹੁੰਦੇ ਸੀ, ਨਾਲੋ ਨਾਲ ਹੀ। ਅਤੇ ਮੈਂ ਜਦੋਂ ਆਉਂਦੀ ਹਾਂ, ਟੈਂਥ ਦੇ ਵਿੱਚ ਐਡਮਿਸ਼ਨ ਹੋਣੀ ਸੀ, ਮੈਂ 9th ਦੀਆਂ ਛੁੱਟੀਆਂ ਆਈ ਸੀ ਹੋਸਟਲ ਤੋਂ, ਅਤੇ ਮੈਂ ਜਿੱਦ ਕਰ ਲਈ ਕਿ ਮੰਮੀ ਆਪਣੇ ਘਰ ਕੁਛ ਨਹੀਂ, ਮੈਂ ਨਹੀਂ ਜਾਣਾ ਹੋਸਟਲ। ਦੀਦੀ ਸਾਡੇ ਡੱਬੇ ਖਾਲੀ ਸੀ, ਅਸੀਂ ਕਿਰਾਏ 'ਤੇ ਕਮਰੇ 'ਚ ਰਹਿੰਦੇ ਸੀ, ਉੱਥੇ ਹੀ ਰਸੋਈ, ਉੱਥੇ ਹੀ ਸਾਡਾ ਬੈੱਡ, ਲੰਬਾਰੀ, ਸਾਰਾ ਕੁਛ ਉੱਥੇ ਹੀ ਸੀ। ਅਤੇ ਸਾਡਾ ਕਿਰਾਇਆ ਵੀ ਦੀਦੀ 4,000 ਰੁਪਇਆ ਹੁੰਦਾ ਸੀ। ਇੱਕੋ ਕਮਰੇ 'ਚ ਅਸੀਂ ਰਹਿਣਾ, ਇੱਕੋ ਕਮਰੇ 'ਚ ਅਸੀਂ ਸੌਣਾ। ਅਤੇ ਮੈਂ ਤਾਂ ਦੀਦੀ ਛੁੱਟੀਆਂ ਕੱਟਣ ਆਈ ਸੀ, ਮੈਂ ਤਾਂ ਮੰਮੀ ਨੂੰ ਕਹਿਤਾ ਕਿ ਮੈਂ ਨਹੀਂ ਜਾਣਾ ਹੋਸਟਲ। ਹੈ ਨਾ, ਮੰਮੀ ਨੇ ਕਹਿਣਾ ਪੁੱਤ ਚੱਲ ਜਾ ਚੱਲ ਜਾ। ਮੈਂ ਕਹਿੰਦਾ ਮੰਮਾ ਮੈਂ ਹੋਸਟਲ ਨਹੀਂ ਜਾਣਾ, ਨਹੀਂ ਜਾਣਾ। ਚਲੋ, ਸਾਡੇ ਕੋਲ ਪੈਸੇ ਨਹੀਂ ਹੈਗੇ ਸੀ ਉਸ ਦਿਨ, ਉਦੋਂ ਅਸੀਂ ਇੱਕ ਟਾਈਮ ਸੀ ਸਾਡੇ 'ਤੇ, ਮੇਰੇ 10th 'ਚ ਸੀ, ਉਹ ਟਾਈਮ ਸੀ ਸਾਡੇ 'ਤੇ ਬਹੁਤ ਜ਼ਿਆਦਾ ਮਾੜਾ, ਬਹੁਤ ਹੀ ਜ਼ਿਆਦਾ ਮਾੜਾ। ਕਦੇ ਸੋਚਿਆ ਨਹੀਂ ਸੀ ਇਹੋ ਜਿਹਾ ਟਾਈਮ ਆਊਗਾ। ਉਸ ਟਾਈਮ ਦੇ ਵਿੱਚ ਮੈਂ ਮੰਮੀ ਨੂੰ ਕਹਿ ਤਾ ਚਲੋ ਮੇਰੇ ਨੂੰ ਸਰਕਾਰੀ ਸਕੂਲ ਪਾ ਦਿਓ, ਮੈਂ ਉੱਥੇ ਪੜ੍ਹ ਲਵਾਂਗੀ। ਮੈਂ ਸਰਕਾਰੀ ਸਕੂਲ ਦੇ ਵਿੱਚ ਮਤਲਬ ਪੈਸੇ ਦੇ ਕੇ ਆਪਣਾ ਇੰਗਲਿਸ਼ ਮੀਡੀਅਮ ਕਰਵਾਇਆ, ਆਪਣਾ ਇੰਗਲਿਸ਼ ਮੀਡੀਅਮ ਦੀਦੀ ਕਰਵਾ ਕੇ ਨਾ, ਅਤੇ ਫਿਰ ਮੈਂ ਆਪਣੀ ਸਟੱਡੀ ਕੀਤੀ, 10th ਪਾਸ ਕੀਤੀ, 91% ਲੈ ਕੇ ਮੈਂ 10th ਪਾਸ ਕਰਤੀ। ਉਸ ਤੋਂ ਬਾਅਦ ਵਿੱਚ ਅਸੀਂ ਉਹ ਸ਼ਹਿਰ ਛੱਡ ਕੇ ਆਪਣਾ ਪੁਰਾਣਾ ਅਸੀਂ ਆਪਣੇ ਉਰੇ ਬਾਬਾ ਬਕਾਲਾ ਸਾਹਿਬ ਸ਼ਿਫਟ ਹੋ ਜਾਂਦੇ ਹਾਂ। ਇੱਥੇ ਵੀ ਅਸੀਂ ਬਗਾਨੇ ਘਰ 'ਚ ਰਹਿ ਰਹੇ ਹਾਂ, ਇਹ ਵੀ ਸਾਡੇ ਰਿਸ਼ਤੇਦਾਰਾਂ ਦਾ ਘਰ, ਉੱਥੇ ਰਹਿ ਰਹੇ ਹਾਂ। ਚਲੋ ਕਿਰਾਏ ਤੋਂ ਬਚੇ ਹਾਂ, ਇਹੀ ਬਹੁਤ ਆ। ਪਰ ਦੀਦੀ ਕਿਤੇ ਨਾ ਕਿਤੇ ਸਾਨੂੰ ਮਹਿਸੂਸ ਹੁੰਦਾ ਸੀ ਆਪਣਾ, ਸਾਡਾ ਆਪਣਾ ਘਰ ਹੋਵੇ, ਠੀਕ ਆ, ਕਿਉਂਕਿ ਅੱਗੇ ਮੇਰਾ ਵੀਰ ਵੀ ਆ, ਮੈਂ ਵੀ ਹਾਂ। ਸਾਨੂੰ ਸਕੂਨ ਆਪਣੇ ਘਰ 'ਚ ਜਿਹੜਾ ਮਿਲਣਾ ਉਹ ਬਗਾਨਿਆਂ 'ਚ ਨਹੀਂ ਮਿਲਦਾ। ਅਸੀਂ ਜਦੋਂ ਦੇ ਵੀ ਇੱਥੇ ਬਾਬਾ ਬਕਾਲਾ ਸਾਹਿਬ ਆਏ ਹਾਂ, ਮੈਂ ਪਲੱਸ 1 ਦੀ ਐਡਮਿਸ਼ਨ ਲਈ ਆ, ਅਤੇ ਪਲੱਸ 1 ਦੇ ਵਿੱਚ ਐਡਮਿਸ਼ਨ ਲੈ ਕੇ 1 ਮਹੀਨਾ ਸਕੂਲ ਗਈ ਹਾਂ। ਉਸ ਤੋਂ ਬਾਅਦ ਦੇ ਵਿੱਚ ਮੈਂ ਕਲਾਸਾਂ ਓਪਨ ਕਰ ਲਈਆਂ, ਪ੍ਰਾਈਵੇਟ ਪੇਪਰ ਦੇ ਰਹੀ ਹਾਂ। 3 ਮਹੀਨੇ ਮੈਂ ਜੋਬ ਕੀਤੀ ਮੌਲ ਦੇ ਵਿੱਚ, ਉਸ ਤੋਂ ਬਾਅਦ ਵਿੱਚ ਮੈਨੂੰ ਜੋਬ ਵਧੀਆ ਨਹੀਂ ਲੱਗੀ ਕਿਉਂਕਿ ਇਨਸਲਟ ਕਰਦੇ ਸੀ, ਕਿਉਂਕਿ ਮੇਰਾ ਸਟਾਰਟਿੰਗ ਤੋਂ ਇੱਕੋ ਹੀ ਡ੍ਰੀਮ ਆ, ਜੋ ਵੀ ਕਰਨਾ ਮੈਂ ਆਪਣਾ ਕੰਮ ਕਰਨਾ। ਅਤੇ ਫਿਰ ਮੈਂ ਮੰਮਾ ਨਾਲ ਗੱਲ ਕੀਤੀ, ਕਿਉਂਕਿ ਮੰਮਾ ਵੀ ਕੋਈ ਕੰਮ ਨਹੀਂ ਕਰਦੇ ਸੀ, ਮੈਂ ਕਿਹਾ ਚਲੋ ਮੰਮਾ ਵੀ ਮੇਰੇ ਨਾਲ ਰਿਹਾ ਕਰਨਗੇ ਅਤੇ ਮੈਂ ਵੀ। ਅਸੀਂ ਵਿਆਜੀ ਪੈਸੇ ਫੜ ਕੇ 3,000 ਰੁਪਇਆ ਵਿਆਜੀ ਫੜਿਆ, ਅਤੇ ਅਸੀਂ ਚਾਹ ਦਾ ਖੋਖਾ ਬਣਨ ਵਾਸਤੇ ਦੇ ਦਿੱਤਾ। ਸਾਨੂੰ ਡਰ ਸੀ ਅੰਦਰੋਂ ਅੰਦਰ, ਹਾਏ ਚੱਲਣਾ ਕਿ ਨਹੀਂ ਚੱਲਣਾ, ਚੱਲਣਾ ਕਿ ਨਹੀਂ ਚੱਲਣਾ, ਸਾਨੂੰ ਇਹ ਡਰ ਸੀ ਕਿ ਕੀ ਪਤਾ ਯਾਰ ਕੋਈ ਸਾਡੀ ਚਾਹ ਪੀਊਗਾ ਕਿ ਨਹੀਂ। ਫਿਰ ਅਸੀਂ ਬਾਬਾ ਜੀ ਦੇ ਨਾਂ ਲੈ ਕੇ ਨਾ ਸ਼ੁਰੂ ਤਾਂ ਕਰਤਾ, ਮਤਲਬ ਕਿ ਅਸੀਂ ਪਹਿਲਾਂ ਤੁਰੇ ਫਿਰੇ, ਫਿਰ ਜਦੋਂ ਸਾਨੂੰ ਲੋਕੇਸ਼ਨ ਜੀ ਵਧੀਆ ਕੋਈ ਨਹੀਂ ਲੱਗੀ, ਫਿਰ ਅਸੀਂ ਜਿੱਦਣ ਸਾਡਾ ਕਾਊਂਟਰ ਆਇਆ ਤੜਕੇ ਤੜਕੇ, ਅਤੇ ਉੱਦਣ ਅਸੀਂ ਸਕੂਲ ਦੇ ਸਾਹਮਣੇ ਜਗ੍ਹਾ ਖਾਲੀ ਸੀ, ਪਹਿਲਾਂ ਤਾਂ ਉੱਥੇ ਗੱਡੀਆਂ ਲੱਗਦੀਆਂ ਸੀ, ਉੱਥੇ ਹੀ ਬਾਬਾ ਜੀ ਦੀ ਕਿਰਪਾ ਨਾਲ ਜਗ੍ਹਾ ਖਾਲੀ, ਅਸੀਂ ਉੱਥੇ ਹੀ ਕਾਊਂਟਰ ਲਾ ਤਾ ਰੱਬ ਦਾ ਨਾਂ ਲੈ ਕੇ। ਚਲੋ ਸਾਡੀ ਚਾਹ ਵਿਕਣੀ ਸ਼ੁਰੂ ਹੋ ਗਈ, ਕਿਉਂਕਿ ਚੜ੍ਹਨ ਵਾਲਾ ਸਿਆਲ ਸੀ, ਅਤੇ ਸਾਡੀ ਚਾਹ ਵਿਕਣੀ ਸ਼ੁਰੂ ਹੋ ਗਈ। ਅਤੇ
ਮਤਲਬ ਜਦੋਂ ਦਾ ਅਸੀਂ ਚਾਹ ਦਾ ਕੰਮ ਸ਼ੁਰੂ ਕੀਤਾ ਸਾਡੇ ਕੁਝ ਕੁ ਰਿਸ਼ਤੇਦਾਰਾਂ ਨੇ ਸਾਡੇ ਤੋਂ ਨਫ਼ਰਤ ਕਰਨੀ ਸ਼ੁਰੂ ਕਰਤੀ। ਵੈਸੇ ਵੀ ਦੀਦੀ ਜਦੋਂ ਦਾ ਵੀ ਮੇਰੇ ਪਾਪਾ ਨੇ ਛੱਡਿਆ ਨਾ, ਕੋਈ ਵੀ ਇੱਕ ਰਿਸ਼ਤੇਦਾਰ ਕਹਿ ਦੇ ਕਿ ਤੁਹਾਨੂੰ ਅਸੀਂ ਫੋਨ ਕੀਤਾ, ਤੁਹਾਡਾ ਹਾਲ ਚਾਲ ਪੁੱਛਿਆ, ਕੋਈ ਦੀਦੀ ਕੋਈ ਹਾਲ ਕਿਸੇ ਨੇ ਹਾਲ ਨਹੀਂ ਪੁੱਛਿਆ, ਮੇਰੀ ਮਾਂ ਦਾ ਜਾਂ ਸਾਡਾ ਹਾਲ ਪੁੱਛਿਆ ਹੋਵੇ, ਕਿਸੇ ਰਿਸ਼ਤੇਦਾਰ ਨੇ ਨਹੀਂ ਫੋਨ ਕੀਤਾ, ਚਾਹੇ ਕੋਈ ਆਪਣਾ ਵਾ ਚਾਹੇ ਕੋਈ ਦੂਰ ਦਾ ਰਿਸ਼ਤੇਦਾਰ, ਭਾਵੇਂ ਬਹੁਤ ਦੂਰ ਦਾ, ਕਿਸੇ ਨੇ ਸਾਨੂੰ ਫੋਨ ਨਹੀਂ ਕੀਤਾ ਕਿ ਮੇਰੇ ਮੰਮਾ ਦਾ ਨਾਮ ਸ਼ਰਨ ਆ, ਕਿ ਮੇਰੇ ਮੰਮਾ ਨੂੰ ਕਦੇ ਫੋਨ ਨਹੀਂ ਕੀਤਾ, ਚਲੋ ਅਸੀਂ ਬੱਚੇ ਸਾਡੀ ਮਾਂ ਨੂੰ ਫੋਨ ਕਰ ਲੈਣ ਕਿ ਸ਼ਰਨ ਕਿੱਦਾਂ ਗੁਜ਼ਾਰਾ ਚੱਲਦਾ ਕਿੱਦਾਂ ਨਹੀਂ ਚੱਲਦਾ, ਨਹੀਂ ਫੋਨ ਕੀਤਾ। ਅਸੀਂ ਚਾਹ ਦਾ ਖੋਖਾ ਲਾ ਲਿਆ ਤਾਂ ਸਾਨੂੰ ਰਿਸ਼ਤੇਦਾਰ ਕਹਿਣ ਲੱਗੇ ਤੁਸੀਂ ਸਾਡੀ ਬੇਇੱਜ਼ਤੀ ਕਰਾਤੀ ਆ। ਦੀਦੀ ਮੈਂ ਜੱਟ ਜ਼ਿਮੀਂਦਾਰ ਫੈਮਿਲੀ 'ਚੋਂ ਸੀ, ਸਾਡੇ ਕੋਲ ਪੈਲੀ ਬੰਨਾ ਕੁਝ ਨਹੀਂ ਕਿਉਂਕਿ ਮਾਂ ਦਾ ਝੂਠ ਬੋਲ ਕੇ ਵਿਆਹ ਕੀਤਾ ਸੀ, ਅਤੇ ਹੁਣ ਸਾਡੇ ਰਿਸ਼ਤੇਦਾਰ ਕਾਫੀ ਵੱਡੇ ਵੱਡੇ ਨੇ, ਮਤਲਬ ਅਮੀਰ ਨੇ, ਅਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਕਿ ਚਾਹ ਦਾ ਖੋਖਾ ਲਾਇਆ ਵਾ। ਚਲੋ ਉਹਨਾਂ ਨੇ ਸਾਨੂੰ ਮਿਹਣੇ ਮਾਰੇ ਨੇ, ਠੀਕ ਆ, ਕਈ ਰਿਸ਼ਤੇਦਾਰਾਂ ਨੇ ਸਾਡੇ ਘਰ ਚਿੱਠੀਆਂ ਘੱਲੀਆਂ ਨੇ ਕਿ ਸਾਨੂੰ ਆਹ ਆਹ ਸਮਾਨ ਸਾਡਾ ਮੋੜਨਾ ਵਾ, ਠੀਕ ਆ, ਹਾਂ ਚਿੱਠੀਆਂ ਘੱਲੀਆਂ ਨੇ ਕਿ ਮੈਂ ਤੁਹਾਨੂੰ ਲੋਹੜੀ 'ਤੇ ਆਹ ਚੀਜ਼ ਦਿੱਤੀ ਗਈ ਆ, ਤੋ ਮੇਰੀ ਮਾਂ ਦੇ ਉੱਤੇ ਇਹ ਪੈਸੇ ਲੱਗੇ ਨੇ, ਹੈ ਨਾ, ਤੁਹਾਡੇ ਭਰਾ 'ਤੇ ਆਹ ਪੈਸੇ ਲੱਗੇ ਨੇ, ਤੁਹਾਨੂੰ ਆਹ ਲੀੜਾ ਕੱਪੜਾ ਦਿੱਤਾ ਗਿਆ, ਸਾਨੂੰ ਵਾਪਸ ਕਰ ਦੇ, ਸਾਡੇ ਕੋਲੇ ਦੇ ਰਿਸ਼ਤੇਦਾਰ ਨੇ ਚਿੱਠੀਆਂ ਕਿਉਂ ਭੇਜੀਆਂ ਕਿ ਸਾਨੂੰ ਆ ਕੇ ਨਹੀਂ ਕਿਹਾ, ਸਾਨੂੰ ਚਿੱਠੀ ਲੈ ਕੇ ਭੇਜੀ ਆ, ਅਤੇ ਚਿੱਠੀ ਮੈਂ ਸਾਂਭ ਕੇ ਰੱਖੀ ਆ, ਚੰਗਾ ਟਾਈਮ ਆਉਣ 'ਤੇ ਆਪਾਂ ਡਬਲ ਕਰਕੇ ਚੀਜ਼ਾਂ ਵਾਪਸ ਕਰਾਂਗੇ, ਸਾਨੂੰ ਸਭ ਕੁਝ ਯਾਦ ਆ। ਮੈਂ ਪਲੱਸ ਵਨ ਮਤਲਬ ਕੰਪਲੀਟ ਕਰਕੇ ਹੁਣ ਮੈਂ ਪਲੱਸ ਟੂ ਦੇ ਵਿੱਚ ਹਾਂ, 17 ਸਾਲ ਦੀ ਹਾਂ, ਹੁਣ ਵੀ ਮੈਂ ਆਪਣਾ ਚਾਹ ਦਾ ਖੋਖਾ ਚਲਾ ਰਹੀ ਹਾਂ। ਚਲੋ ਗਰਮੀਆਂ ਕੰਮ ਮੇਰਾ ਮੰਦਾ ਪਿਆ ਵਾ, ਮਤਲਬ ਇੰਨਾ ਕੰਮ ਨਹੀਂ ਚੱਲਦਾ, ਹੁਣ ਮੇਰੀ ਮੰਮੀ ਵੀ ਬਿਮਾਰ ਰਹਿੰਦੇ ਆ, ਇਹ ਜਨਵਰੀ ਦੇ ਬਿਮਾਰ ਨੇ ਅਤੇ ਸਿਹਤ ਇਹਨਾਂ ਦੀ ਬਹੁਤ ਜ਼ਿਆਦਾ ਡਾਊਨ ਹੋ ਗਈ ਆ, ਅਤੇ ਮੈਨੂੰ ਵੀ ਹੈ ਨਾ, ਮੈਂ ਵੀ ਬਿਮਾਰ ਸੀ, ਮੈਨੂੰ ਵੀ ਟਾਈਫਾਇਡ ਡੇਂਗੂ ਹੋ ਗਿਆ ਸੀ, ਮੇਰੀ ਵੀ ਸਿਹਤ ਬਹੁਤ ਜ਼ਿਆਦਾ ਸੁੱਕ ਗਈ ਆ, ਮੈਂ ਵੀ ਬਹੁਤ ਜ਼ਿਆਦਾ ਬਿਮਾਰ ਰਹੀ ਹਾਂ, ਅਤੇ ਭਰਾ ਮੇਰਾ ਰੈਗੂਲਰੀ ਸਕੂਲ ਜਾਂਦਾ, ਮੈਂ ਆਪਣਾ ਚਾਹ ਦਾ ਖੋਖਾ ਚਲਾ ਰਹੀ ਹਾਂ, ਪਰ ਮੇਰੇ ਰਿਸ਼ਤੇਦਾਰ ਇੰਨੀ ਕੁ ਜ਼ਿਆਦਾ ਸ਼ਰਮ ਆਉਂਦੀ ਹੈ ਨਾ ਆ ਕਿ ਇਹਨਾਂ ਨੇ ਚਾਹ ਦਾ ਖੋਖਾ ਲਾਇਆ। ਚਲੋ ਅੱਗੇ ਤਾਂ ਕਦੇ ਫੋਨ ਨਹੀਂ ਕੀਤਾ, ਨਾ ਹੁਣ ਕਰਦੇ ਆ, ਮੈਂ ਤਾਂ ਹੀ ਕਹੂੰਗੀ ਕਿ ਮੈਨੂੰ ਭਾਵੇਂ ਅੱਗੇ ਵੀ ਨਾ ਕਰਨ, ਕਿਉਂਕਿ ਮਾੜਾ ਟਾਈਮ ਦੀਦੀ ਸਦਾ ਨਹੀਂ ਰਹਿੰਦਾ, ਇਹ ਚੰਗਾ ਆਊਗਾ, ਅੱਜ ਮੇਰਾ ਖੋਖਾ ਵਾ, ਕੱਲ੍ਹ ਨੂੰ ਇੱਕ ਬ੍ਰਾਂਡ ਬਣੂਗਾ, ਕਿਉਂਕਿ ਮੈਂ ਸ਼ੁਰੂ ਤੋਂ ਸੋਚਿਆ ਵਾ ਕਿ ਆਪਣਾ ਕੰਮ ਕਰਨਾ, ਮੈਂ ਖੁਦ ਲਿਖਦੀ ਵੀ ਹਾਂ ਸ਼ੁਰੂ ਤੋਂ ਸ਼ੌਂਕ, ਦੀਦੀ ਮੈਨੂੰ ਐਕਟਿੰਗ ਦਾ ਰਿਹਾ, ਲਿਖਣ ਦਾ ਰਿਹਾ, ਪੇਂਟਿੰਗ ਦਾ ਰਿਹਾ, ਚਲੋ ਬਾਬਾ ਜੀ ਨੇ ਇੱਕਦਮ ਪਾਸਾ ਪੜਤਾ ਚੀਜ਼ਾਂ ਦਾ ਕਿ ਚਾਹ ਦਾ ਖੋਖਾ ਲਾਉਣਾ ਪੈ ਗਿਆ। ਚਲੋ ਅੱਜ 2024 ਦੇ ਵਿੱਚ ਮੇਰਾ ਇਹ ਖੋਖਾ ਚੱਲ ਰਿਹਾ, 2030 ਤੱਕ ਇਹਨੂੰ ਬ੍ਰਾਂਡ ਬਣਾਉਣਾ, ਬਸ ਆਹੀ ਸੁਪਨਾ ਲੈ ਕੇ ਚੱਲੇ ਹਾਂ। ਜਦੋਂ ਦੀਦੀ ਦੇਖਿਓ ਜਿੱਦਣ ਮੇਰਾ ਬ੍ਰਾਂਡ ਬਣ ਗਿਆ ਨਾ, ਤਾਂ ਮੇਰੇ ਰਿਸ਼ਤੇਦਾਰ ਹੀ ਕਹਿਣਗੇ ਕਿ ਉਹ ਸਾਡੇ ਰਿਸ਼ਤੇਦਾਰਾਂ ਦਾ ਬ੍ਰਾਂਡ ਆ, ਉੱਥੇ ਚੱਲਦੇ ਆ। ਬੜਾ ਦੀਦੀ ਔਖਾ ਟਾਈਮ ਕੱਟ ਗਿਆ, ਅੱਜ ਸਾਡਾ ਖੋਖਾ ਵਾ, ਸਾਡੇ ਲਈ ਇਹੀ ਬਹੁਤ ਵੱਡੀ ਗੱਲ ਆ, ਅਤੇ ਸਾਡਾ ਕੋਈ ਸਾਥ ਨਹੀਂ ਦਿੰਦਾ, ਅਸੀਂ ਆਪਣੇ ਪੈਰਾਂ 'ਤੇ ਆਪ ਹਾਂ। ਦੀਦੀ ਹੁੰਦਾ ਦਿਲ ਦੇ ਵਿੱਚ ਕਿ ਜੇ ਪਿਓ ਚੰਗਾ ਹੁੰਦਾ ਤਾਂ ਸਾਨੂੰ ਖੋਖਾ ਨਾ ਲਾਉਣਾ ਪੈਂਦਾ, ਸਾਨੂੰ ਕਿਸੇ ਰਿਸ਼ਤੇਦਾਰ ਦੀ ਗੱਲ ਨਾ ਸੁਣਨੀ ਪੈਂਦੀ। ਮਤਲਬ ਦੀਦੀ ਅਸੀਂ ਖੋਖਾ ਲਾਇਆ ਵਾ ਨਾ, ਸਾਡੇ ਖੁਦ ਦੇ ਕਲਾਸਮੇਟਸ ਵੀ ਸਾਨੂੰ ਮਿਹਣੇ ਮਾਰਦੇ ਨੇ, ਉਹ ਚਾਹ ਵਾਲੇ ਆ ਗਏ, ਮੇਰੇ ਭਰਾ ਨੂੰ ਵੀ ਮੈਨੂੰ ਵੀ, ਕਿ ਉਹ ਚਾਹ ਵਾਲੇ ਆ ਗਏ, ਬੁਰਾ ਲੱਗਦਾ, ਬਹੁਤ ਬੁਰਾ ਲੱਗਦਾ ਦੀਦੀ, ਨਵਾਂ ਨਵਾਂ ਖੋਖਾ ਲਾਇਆ ਸੀ, ਮੇਰੇ ਖੁਦ ਦੀ ਕਲਾਸ ਦੀਆਂ ਕੁੜੀਆਂ ਮਿਹਣੇ ਮਾਰਦੇ ਸੀ, ਉਹ ਚਾਹ ਵਾਲੀ ਆ ਗਈ, ਮੈਂ ਘਰ ਆ ਕੇ ਮੰਮੀ ਨੂੰ ਦੱਸਦੀ ਹੁੰਦੀ, ਮੰਮਾ ਇੱਦਾਂ ਕਹਿੰਦੇ, ਮੰਮਾ ਹੌਸਲਾ ਦਿੰਦੇ ਮੈਨੂੰ ਕਿ ਪੁੱਤ ਕੋਈ ਗੱਲ ਨਹੀਂ, ਮੇਰਾ ਭਰਾ ਨਿੱਕਾ ਵਾ ਨਾ, ਉਹਨੂੰ ਉਹਦੇ ਕਲਾਸ ਦੇ ਬੱਚੇ ਕਹਿੰਦੇ ਉਹ ਚਾਹ ਵਾਲਾ ਆ ਗਿਆ। ਗੱਲਾਂ ਦੀਦੀ ਚੇਤੇ ਰਹਿ ਜਾਂਦੀਆਂ, ਚਲੋ ਉਹਨਾਂ ਦਾ ਟਾਈਮ ਆ ਨਾ ਮਿਹਣੇ ਮਾਰਨ ਦਾ, ਜੇ ਪਿਓ ਚੰਗਾ ਹੁੰਦਾ ਨਾ ਤਾਂ ਮਿਹਣੇ ਨਾ ਮਰਾਉਂਦਾ, ਕਿਉਂਕਿ ਮੇਰੀ ਮਾਂ ਦੀ ਉਮਰ ਦੀਦੀ ਬਹੁਤ ਛੋਟੀ ਸੀ ਜਦੋਂ ਵਿਆਹ ਹੋ ਗਿਆ।
ਅਤੇ ਅੱਜ ਤੱਕ ਸਾਨੂੰ ਸਟਰਗਲ ਕਰਕੇ ਸਾਨੂੰ ਮੈਨੂੰ ਪਲੱਸ ਟੂ ਤੱਕ ਲਿਆਂਦਾ ਹੈ ਨਾ। ਹੁਣ ਮੇਰਾ ਫਰਜ਼ ਆ ਮੈਂ ਸਟਰਗਲ ਕਰਕੇ ਆਪਣੇ ਖੋਖੇ ਨੂੰ ਇੱਕ ਬ੍ਰੈਂਡ ਬਣਾ ਕੇ ਦੁਨੀਆ 'ਚ ਪਹਿਚਾਣ ਬਣਾਉਣ ਦਾ, ਕਿ ਸਾਡੇ ਕੋਲੋਂ ਕੋਈ ਚੀਜ਼ ਦੀ ਕਮੀ ਨਾ ਆਵੇ। ਰੱਬ 'ਤੇ ਯਕੀਨ ਰੱਖਿਆ ਵਾ ਅਤੇ ਉਹਦੇ 'ਤੇ ਯਕੀਨ ਰੱਖਣਾ ਅੱਗੇ ਵੀ। ਦੀਦੀ ਪਿਓ ਤਾਂ ਉਸ ਦਿਨ ਦਾ ਮਰਿਆ ਸਾਡੇ ਲਈ ਜਿਸ ਦਿਨ ਦਾ ਸਾਨੂੰ ਛੱਡ ਕੇ ਗਿਆ ਵਾ। ਪਿਓ ਦਾ ਪਿਆਰ ਸਾਡੀ ਮਾਂ ਨੇ ਦਿੱਤਾ, ਬਹੁਤ ਪਿਆਰ ਦਿੱਤਾ, ਮਤਲਬ ਕਿ ਓਨਾ ਪਿਆਰ ਮੈਨੂੰ ਲੱਗਦਾ ਲੋਕਾਂ ਦੇ ਪਿਓ ਨੇ ਨਹੀਂ ਦਿੱਤਾ ਜਿੰਨਾ ਪਿਆਰ ਸਾਨੂੰ ਸਾਡੀ ਮਾਂ ਤੋਂ ਮਿਲ ਗਿਆ ਵਾ। ਪਿਆਰ ਮਿਲਿਆ ਵੀ ਆ, ਅੱਗੇ ਵੀ ਸਾਨੂੰ ਮਿਲਣਾ ਵਾ, ਕਿਉਂਕਿ ਜਿੰਨਾ ਪਿਆਰ ਸਾਡੀ ਮਾਂ ਨੇ ਸਾਨੂੰ ਕੀਤਾ ਵਾ ਨਾ, ਮੈਨੂੰ ਲੱਗਦਾ ਨਹੀਂ ਦੁਨੀਆ 'ਤੇ ਕਿਸੇ ਪਿਓ ਨੇ ਇੰਨਾ ਪਿਆਰ ਆਪਣੇ ਬੱਚਿਆਂ ਨੂੰ ਕੀਤਾ ਹੋਊਗਾ। ਆਂਟੀ ਜੀ ਬਹੁਤ ਦੁੱਖ ਦੇਖੇ ਹੈ ਨਾ ਜ਼ਿੰਦਗੀ 'ਚ, ਪਰਮਾਤਮਾ 'ਤੇ ਰੋਸ ਆਉਂਦਾ? ਆਉਂਦਾ ਕਈ ਵਾਰ, ਬਹੁਤ ਆਉਂਦਾ, ਕਈ ਵਾਰ ਰੋਈ ਦਾ ਵੇ, ਕਈ ਵਾਰ ਰੇਲ ਗੱਡੀ ਥੱਲੇ ਜੀ ਕਰਦਾ। ਉਹਨੂੰ ਦੋ ਤਿੰਨ ਵਾਰੀ ਗਏ ਹਾਂ, ਅੰਕਲ ਮੇਰਾ ਮੋੜ ਰਿਹਾ ਜਿਹਨਾਂ ਨਾਲ ਮੈਂ ਬਿਲਡਿੰਗ ਕਰਦੀ ਨਹੀਂ, ਮੈਂ ਉਹਨੂੰ ਦੱਸ ਕੇ ਚੱਲ ਗਈ ਇੱਕ ਦਿਨ। ਮੈਂ ਕਿਹਾ ਮੈਂ ਅੰਕਲ ਚੱਲ ਨਹੀਂ ਗੱਡੀ ਥੱਲੇ ਆਉਣ, ਮੈਂ ਬੜੀ ਦੁਖੀ ਹਾਂ, ਮੇਰੇ ਕੋਲ ਉਸ ਦਿਨ ਕੋਈ ਪੈਸਾ ਨਹੀਂ, ਬਿਮਾਰ ਸੀ। ਫਿਰ ਮੈਨੂੰ ਅੰਕਲ ਮੋੜ ਕੇ ਲਿਆਏ ਟਾਂਗੜਿਓਂ, ਹੈ ਨਹੀਂ ਆ ਜੱਬੋਵਾਲ ਫਾਟਕ, ਉੱਥੋਂ ਮੋੜ ਕੇ ਲਿਆਏ ਉੱਥੋਂ। ਫਿਰ ਮੈਨੂੰ ਦੋ ਤਿੰਨ ਕਹਿੰਦਾ ਕੁੜੀਏ ਭਾਣਾ ਨਾ ਕਰੀ, ਬੱਚੇ ਤੇਰੇ ਰੁਲ ਜਾਣੇ ਕਿਸੇ ਨੇ ਸਾਹਮਣੇ। ਮੈਂ ਫਿਰ ਮਨ ਨੂੰ ਕਈ ਵਾਰੀ ਆਉਂਦਾ ਵਾ ਮਰਨ ਨੂੰ ਜੀ ਕਰਦਾ, ਫਿਰ ਮਨ ਨੂੰ ਸੋਚੀ ਦਾ ਮਨਾ ਬੱਚੇ ਮੇਰੇ ਤੋਂ ਬਗੈਰ ਕਿਹਦੇ ਜੋਗੇ ਆ। ਹੁਣ ਵੀ ਕਈ ਵਾਰੀ ਸੋਚੀ ਦਾ ਬੱਚੇ ਪਲ ਗਏ ਆ, ਸੌਖੇ ਆ ਘੜੀਆਂ ਨਿਕਲ ਗਈਆਂ, ਸੌਖੇ ਆ ਆਪੇ ਦੇਣਾ, ਜਿੰਨੀਆਂ ਔਖੀਆਂ ਘੜੀਆਂ ਨਿਕਲ ਗਈਆਂ ਹੁਣ ਸੁੱਖ ਦਾ ਦੇਣਾ, ਆਪੇ ਕਿਤੇ ਨਾ ਕਿਤੇ ਕਿਤੇ ਕੰਮ ਲੱਗਣਗੇ, ਦਿਨ ਮੁੜ ਆਉਣਗੇ, ਸਾਰਾ ਕੁਛ ਮੁੜ ਆਊਗਾ। ਬਸ ਯਕੀਨ ਰੱਖਦੇ ਹੋ ਰੱਬ 'ਤੇ ਉੱਦਾਂ ਵੀ ਜੇ ਆਹ ਦਿਨ ਦਿਖਾਏ ਅੱਗੇ ਵਧੀਆ? ਹਾਂਜੀ ਹਾਂਜੀ, ਬਾਬੇ ਦੀਪ ਸਿੰਘ ਦੇ ਘਰ ਜਾਈਦਾ, ਉਹਦੇ ਕੋਲ ਮੰਗੀਦਾ, ਉਹਨੂੰ ਆਖੀ ਮਹਾਰਾਜ ਜੇ ਤੂੰ ਔਖੇ ਦਿਨ ਵੀ ਲਿਆ ਤੇ ਸੌਖੇ ਵੀ ਤੂੰ ਹੀ ਲਿਆਉਣੇ ਆ। ਉਸ ਤੋਂ ਇਲਾਵਾ ਹੋਰ ਕਿਤੇ ਨਹੀਂ, ਸਭ ਤੋਂ ਪਿਓ ਵੀ ਉਹਨੂੰ ਮੰਨਿਆ, ਸਰ ਰਿਸ਼ਤੇਦਾਰ ਵੀ ਉਹਨੂੰ, ਸਭ ਕੁਛ ਉਹਨੂੰ ਮੰਨ ਕੇ ਤੁਰਦੀ ਮੈਂ। ਬੱਚੇ ਵੀ ਉਹਨੂੰ ਕੋਈ ਦਾਦੇ ਦੇ ਨਾਲ ਮਿਲੇ ਆ, ਉਹਦੇ ਸਿਰ 'ਤੇ ਛੱਡ ਕੇ ਚੱਲ ਜਾਈਦਾ। ਉਹਦੇ ਕੋਲ ਜੋ ਕੋਈ ਚੀਜ਼ ਦੀ ਲੋੜ ਹੋਵੇ ਉਹਨੂੰ ਜਾ ਕੇ ਕਹੀਦਾ, ਪਾਪਾ ਚੀਜ਼ ਦੇ ਮੈਨੂੰ, ਇਹ ਚੀਜ਼ ਦੀ ਲੋੜ ਆ, ਉਹ ਚੀਜ਼ ਦਿੰਦਾ ਮੈਨੂੰ, ਸਾਰੀਆਂ ਚੀਜ਼ਾਂ ਦਿੰਦਾ। ਮੈਂ ਆਪਣੇ ਰਿਸ਼ਤੇਦਾਰ ਕੋਲ ਨਹੀਂ ਕਦੀ ਵੀ ਮੰਗੀ, ਮੈਨੂੰ ਜਦੋਂ ਵੀ ਕਿਸੇ ਪੈਸੇ ਦੀ ਢੇਲੇ ਦੀ ਲੋੜ ਹੋਵੇ ਉੱਦਣ ਚਲ ਜਾਣਾ ਵਾ, ਰੋ ਲੈਣਾ ਉਹਦੇ ਗਾੜੀ ਰੋ ਕੇ, ਸਾਰੀ ਦੇਰ ਰਹਿ ਕੇ ਅਤੇ ਅੱਜ ਦਾ ਸ਼ਾਮਾਂ ਤੱਕ ਆਪਣੇ ਮਾਰੇ ਨਹੀਂ ਲਵੇ ਸਿਲਾ ਸਾਡੇ ਨਾਲ ਕਰ ਦਿੰਦੇ ਆ। ਬੱਚਿਆਂ ਨੂੰ ਮੈਂ ਕਿਤੇ ਕਮੀ ਨਹੀਂ ਸੀ ਆਉਣ ਦੀ, ਅਤੇ ਨਾ ਮੈਂ ਆਉਣ ਦਿੱਤੀ ਆ। ਆਪ ਮੈਂ ਤੰਗੀ ਰਹਿ ਲਾਂ, ਵਿਆਜੀ ਪੈਸੇ ਚੁੱਕ ਲਾਂ, ਪਰ ਨਾ ਮੈਂ ਕਿਤੇ ਤੰਗੀ ਨਹੀਂ ਆਉਣ ਦਿੱਤੀ ਇਹਨਾਂ ਨੂੰ ਕਦੀ ਵੀ। ਇਹ ਨਾ ਕਰ ਵੀ ਇਹਨਾਂ ਦੇ ਪਾਪਾ ਨੇ ਕਿਹਾ ਸੀ ਜਤੀਮ ਖਾਨੇ ਛੱਡ ਆਓ, ਜੋ ਜਤੀਮ ਸਾਨੇ ਕਹਿੰਦਾ ਨਾ ਮੇਰੇ ਜੀ ਨੂੰ ਖੁਸ਼ ਹੁੰਦਾ। ਮੈਂ ਤਾਂ ਮਾਂ ਮੈਂ ਛੱਡ ਨਹੀਂ ਸਕਦੀ। ਅੱਛਾ, ਇੰਨੀ ਗੱਲ ਕਹਿਤੀ ਸੀ? ਮੈਂ ਨਹੀਂ ਛੱਡ ਸਕਦੀ, ਮੈਂ ਬੱਚਾ ਬੜੀ ਮੁਸ਼ਕਲ ਪਾਲਿਆ, ਮੇਰੇ ਰਿਸ਼ਤੇਦਾਰ ਵੀ ਕਹਿੰਦੇ ਅੱਜ ਦਿਨ ਬੱਚੇ ਛੱਡਦੇ। ਮੈਂ ਕਿਹਾ ਮੈਂ ਨਹੀਂ ਛੱਡ ਸਕਦੀ, ਮੈਂ ਕਿਹਾ ਮੇਰੀ ਜਾਨ ਮਾਂ ਕੋਲ, ਬੱਚੇ ਨਹੀਂ ਮੈਂ ਛੱਡ ਸਕਦੀ। ਅੱਜ ਵੀ ਮੇਰੇ ਬੱਚਿਆਂ ਦੇ ਨਾਲ ਮੇਰੀ ਖੁਸ਼ੀ ਆ, ਜੇ ਨਹੀਂ ਮੈਨੂੰ ਰਿਸ਼ਤੇਦਾਰ ਮਿਲਦੇ ਇਹਨਾਂ ਨਾਲ ਹੱਸ ਖੇਡ ਲੈਂਦੀ ਹਾਂ, ਇਹਨਾਂ ਨਾਲ ਮਖੌਲ ਕਰ ਲਈਦਾ, ਇਹਨਾਂ ਨਾਲ ਖੇਡ ਲਈਦਾ, ਇਹਨਾਂ ਨਾਲ ਬਾਹਰ ਲੈ ਜਾਈਦਾ, ਸਾਰਾ ਕੁਛ ਇਹਨਾਂ ਨੂੰ ਮੰਨ ਕੇ ਤੁਰੀ, ਭੈਣ ਭਰਾ ਵੀ, ਰਿਸ਼ਤੇਦਾਰ ਵੀ, ਆਦਮੀ ਵੀ ਇਹਨਾਂ ਨੂੰ ਮੰਨਿਆ, ਦੋਨਾਂ ਬੱਚਿਆਂ ਨੇ ਵੀ ਉਹ ਮੇਰਾ ਸਭ ਕੁਛ ਆ, ਦੁਨੀਆ ਦਾ ਸਹਾਰਾ ਮੇਰਾ ਇਹੋ ਹੀ ਆ। ਇਹ ਤੋਂ ਸ਼ੁਰੂ ਹੋਈ ਜ਼ਿੰਦਗੀ ਇਤਨੇ ਖਤਮ ਹੋ ਜਾਣੀ। ਸਾਡੇ ਰਿਸ਼ਤੇਦਾਰ ਆਉਂਦੇ ਸੀ, ਤੇਰੀ ਉਮਰ ਛੋਟੀ ਆ, ਵਿਆਹ ਕਰ ਦਿੰਦੇ, ਬੱਚੇ ਛੋੜਦੇ। ਮੈਂ ਆਪਣੇ ਭੈਣ ਭਰਾ ਨੂੰ ਇੱਕੋ ਗੱਲ ਕਹੀ, ਜਿੱਦਣ ਲਾਮਾ ਆਊਗਾ ਬੇਸ਼ੱਕ ਮੈਨੂੰ ਵੱਢ ਦਿਓ, ਮੈਂ ਲਾਮਾ ਨਹੀਂ ਦਿੱਤਾ ਤੁਹਾਨੂੰ, ਮਿਹਨਤ ਦੁਨੀਆ ਦੀ ਮੈਨੂੰ ਜਿੰਨੀ ਕਰਨੀ ਪਊ ਮੈਂ ਕਰ ਲਵਾਂਗੀ, ਪਰ ਮੈਂ ਤੁਹਾਨੂੰ ਲਾਮਾ ਨਹੀਂ ਦਵਾਉਂਗੀ। ਅਤੇ ਮੇਰੀ ਮੈਂ ਕਿਹਾ ਵੀ ਜਿੱਦਣ ਲਾਮਾ ਆਜੂਗਾ ਉੱਧਰ ਤੁਸੀਂ ਵੇਖ ਲਿਓ। ਮੈਂ ਕਿਹਾ ਆਪਣੇ ਬੱਚੇ ਪਾਲਣੇ ਆ, ਮੇਰੇ ਮੁੜ ਕੇ ਪਿੱਛੇ ਹਟ ਗਏ ਸਾਰੇ, ਹਟਦੇ ਹਟਦੇ ਪਿੱਛੇ। ਮਨ ਨੂੰ ਬੜਾ ਸਕੂਨ ਦੇ ਕੇ ਰੱਖੀਦਾ, ਬਈ ਬੱਚੇ ਆ ਮੇਰੇ, ਬਹੁਤ ਬੱਚੇ, ਬੱਚਿਆਂ ਬਦਲੇ ਜੀਣਾ ਪੈਂਦਾ ਮੈਮ, ਸਾਰਾ ਕੁਛ ਬੱਚਿਆਂ ਲਈ ਕਰਨਾ ਪੈਂਦਾ।
ਜਿੰਨੀ ਵੀ ਮਿਹਨਤ ਕੀਤੀ ਹੈ ਬੱਚਿਆਂ ਲਈ ਕੀਤੀ ਹੈ, ਕਿਹਦੀ ਇੰਨੀ ਜੋੜਿਆ ਮੇਰੇ ਭੈਣ ਭਰਾ ਕਹਿੰਦੇ ਜੇ ਪੈਸਾ ਜੋੜ ਲਾ, ਮੈਂ ਕਿਹਾ ਮੈਂ ਪੈਸੇ ਕੀ ਕਰਨਾ ਜੋੜ ਕੇ, ਇਹ ਪੜ੍ਹ ਜਾਣਗੇ ਇਹਨਾਂ ਦੀ ਜ਼ਿੰਦਗੀ ਬਣ ਜੂ, ਮੈਂ ਅਨਪੜ੍ਹ ਵਾਂ, ਮੇਰੇ ਮੈਂ ਧੱਕੇ ਖਾਣ ਨਹੀਂ ਹਾਂ, ਬੱਚੇ ਪੜ੍ਹ ਜਾਣਗੇ, ਇਹ ਆਪਣੀ ਪ੍ਰਾਈਵੇਟ ਜੋਬ ਜਿੱਥੇ ਮਰਜ਼ੀ 10-15 ਹਜ਼ਾਰ ਤੱਕ ਕਰ ਲੈਣਗੇ ਇਹਨਾਂ ਦੀ ਹੈ, ਜੇ ਬੱਚਿਆਂ ਦੀ ਜ਼ਿੰਦਗੀ ਬਣ ਜੂ। ਪਰ ਮੈਂ ਕਦੀ ਸੋਚਿਆ ਨਹੀਂ ਪਤੇ ਪਿਓ ਹੁੰਦਾ ਅਸਲ 'ਚ ਤਾਂ ਇੱਦਾਂ ਇਹਨਾਂ ਨੂੰ ਛੱਡਦਾ ਨਾ, ਕੋਈ ਪਿਓ ਦਾ ਹੌਂਸਲਾ ਨਹੀਂ ਪੈਂਦਾ ਵੀ ਯਤੀਮਖਾਨੇ ਛੱਡਿਆ, ਮੈਂ ਮਾਂ ਸੀ, ਮੈਂ ਬੱਚੇ ਜੰਮੇ, ਮੈਂ ਨਹੀਂ ਛੱਡ ਸਕਦੀ ਸੀਗੀ, ਕਿਉਂਕਿ ਮੈਂ ਬੜੀਆਂ ਰਾਤਾਂ ਕੱਟ ਕੱਟ ਕੇ ਬੜੇ ਔਖੇ ਔਖੇ ਪਾਲੇ ਆ, ਬਹੁਤ ਔਖੇ ਦਿਨ ਮੈਂ ਕੰਮ ਕਰਨਾ ਗਾ, ਮੁੜ ਕੇ ਘਰਾਂ ਦਾ ਵੀ ਕੰਮ ਕਰਨਾ, ਰਾਤ ਨੂੰ ਮੈਂ ਬਹਿ ਕੇ ਡੇਢ ਡੇਢ ਦੋ ਦੋ ਵਜੇ ਤੱਕ ਸਵਾਈ ਕਰਨੀ, ਕਦੇ ਮੈਂ ਘਰਾਂ ਦਾ ਕੰਮ ਕਰਨਾ, ਮੱਝਾਂ ਦੀਆਂ ਧਾਰਾਂ ਕੱਢ ਕੇ ਆਉਣੀਆਂ, ਘਰ ਦੇ ਦੁੱਧ ਲਈ ਮੈਂ ਉਹਨਾਂ ਕੋਲ ਲੈ ਆਉਣੇ, ਮੱਝਾਂ ਦੀ ਮੱਝਾਂ ਦੀਆਂ ਧਾਰਾਂ ਕੱਢਣੀਆਂ, ਬੱਚੇ ਸੁੱਤੇ ਹੋਣੇ, ਮੈਂ ਇਹਨਾਂ ਨੂੰ ਜਿੰਦਰਾ ਮਾਰ ਕੇ ਅਤੇ ਚਲ ਜਾਣਾ, 4 ਵਜੇ ਚਲ ਜਾਣਾ, 8-9 ਵਜੇ ਮੈਂ ਘਰ ਕੰਮ ਕਰਕੇ ਆ ਜਾਣਾ, ਜਦੋਂ ਇਹਨਾਂ ਨੇ ਸਕੂਲ ਜਾਣ ਦਾ ਟਾਈਮ ਹੋਣਾ, ਕਿਉਂਕਿ ਲਾਗੇ ਤਾਂ ਸਕੂਲ ਸੀਗਾ ਦੋਨਾਂ ਬੱਚਿਆਂ ਦਾ, ਫਿਰ ਮੈਂ ਉਸ ਟਾਈਮ ਨਾਲ ਆ ਜਾਣਾ। ਆ ਫਿਰ ਵੀ ਸਾਡੇ ਰਿਸ਼ਤੇਦਾਰਾਂ ਦੇ ਸਾਨੂੰ ਸ਼ਰਮ ਆਉਂਦੀ ਹੈ, ਤੂੰ ਬੇਇੱਜ਼ਤੀ ਕਰਵਾਉਣ ਦੀ ਸਾਡਾ ਕੰਮ, ਮੇਰੇ ਕੋਲ ਤਾਂ ਰਿਸ਼ਤੇਦਾਰ ਮੰਨਦੇ ਨਹੀਂ ਆ ਵੀ ਤੁਹਾਨੂੰ ਤਾਂ ਸ਼ਰਮ ਆਵੇ ਕਿ ਮੈਂ ਚੋਰੀ ਕਰਕੇ ਆਈ ਹਾਂ ਜਾਂ ਮੈਂ ਕੋਈ ਗਲਤ ਕੰਮ ਕਰਦੀ ਹਾਂ, ਘਰ ਦੇ ਤਾਂ ਮਿਹਨਤ ਡਈ ਹਾਂ, ਅੱਜ ਵੀ ਮਿਹਨਤ ਕਰਦੇ, ਸ਼ੁਰੂ ਤੋਂ ਮਿਹਨਤ ਕਰਦੇ ਹੀ ਆਏ ਹਾਂ, ਜੋ 2008 ਦੇ ਮਿਹਨਤ ਕਰਦੇ ਅਤੇ ਅੱਜ ਦੇ ਦਿਨ ਤੱਕ ਅੱਧੀ ਮਿਹਨਤ ਕੀਤੀ ਅਸੀਂ, ਇਹਨਾਂ ਨੂੰ ਕਦੀ ਕਿਸੇ ਗੱਲ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ, ਚੀਜ਼ ਮੰਗਣ ਮਗਰੋਂ ਇਹਨਾਂ ਦੇ ਮੂੰਹ 'ਚ ਪਹਿਲਾਂ ਚੀਜ਼ ਲਿਆ ਕੇ ਰੱਖੀ ਦੀ ਬੱਚਿਆਂ ਦੇ ਵੀ ਬੱਚੇ ਮੇਰੇ ਆ, ਜੇ ਮੈਂ ਨਾ ਚੀਜ਼ ਲਿਆ ਕੇ ਦਊਂਗੀ ਕੱਲ੍ਹ ਨੂੰ ਕਿੱਕੋ ਚੀਜ਼ ਲੈਣਗੇ, ਬੱਚੇ ਕਿੱਧਰ ਜਾਣਗੇ, ਸਮਾਂ ਨਹੀਂ ਚੰਗਾ, ਬੱਚੇ ਜੇ ਵਿਗੜ ਗਏ ਤਾਂ ਮੁੜ ਕੇ ਮੇਰੇ ਹੱਥ ਨਹੀਂ ਆਉਣੇ, ਜੇ ਧੀ ਵਿਗੜ ਗਈ ਤਾਂ ਨਹੀਂ ਹੱਥ ਆਉਣੀ, ਪੁੱਤ ਵਿਗੜਿਆ ਤਾਂ ਨਹੀਂ ਹੱਥ ਨਹੀਂ ਆਉਣਾ, ਇਹਨਾਂ ਨੂੰ ਫਿਰ ਚੀਜ਼ ਇਹ ਕਰਕੇ ਸਭ ਤੋਂ ਜ਼ਰੂਰੀ ਆ, ਮੈਨੂੰ ਕੋਈ ਇੰਨਾ ਘਰ ਦੇ ਵਿੱਚ ਮੇਰੀ ਕੀ ਚੀਜ਼ ਨਹੀਂ, ਫਰਿੱਜ ਵੀ ਹੋਣੀ ਬਣਾਈ ਹੈ ਮੈਂ, ਕੋਈ ਚੀਜ਼ ਨਹੀਂ ਘਰ ਦੇ ਵਿੱਚ ਬਣਾਈ ਸੀ ਵੀ ਫਰਿੱਜ ਦੀ ਜ਼ਰੂਰਤ ਹੀ, ਨਿਆਣੇ ਠੰਡਾ ਪਾਣੀ ਮੰਗਦੇ ਸੀ, ਇਹਨਾਂ ਨੂੰ ਹੁਣ ਇਹੋ ਗਰਮੀਆਂ ਪਿਛਲੀਆਂ ਗਰਮੀਆਂ 'ਚ ਲੈ ਕੇ ਦਿੱਤੀ ਸੀ, ਐਰਕੀ ਗਰਮੀਆਂ ਸਾਲ ਹੋ ਗਿਆ ਲਈ ਨੂੰ ਵੀ 25,000 ਦੀ ਫਰਿੱਜ ਦਿੱਤੀ ਇਹਨਾਂ ਕਿਸ ਤਰ੍ਹਾਂ, ਮੈਂ ਕਿਹਾ ਕੋਈ ਗੱਲ ਨਹੀਂ ਪੁੱਤ, ਇਸ ਟਾਈਮ 'ਤੇ ਸਾਡੇ ਘਰ ਕੋਈ ਚੀਜ਼ ਨਹੀਂ ਗਈ, ਸਿਰਫ ਬੈੱਡ ਇੱਕ ਸਿਲੰਡਰ ਚੁੱਲ੍ਹਾ, ਬਾਕੀ ਕੁਛ ਨਹੀਂ ਸਾਡੇ ਘਰ। ਕਿੰਨੀ ਉਮਰ ਸੀ ਜਦੋਂ ਫਾਦਰ ਸਾਹਿਬ ਛੱਡ ਗਏ? ਉਦੋਂ ਮੈਂ 3rd ਦੇ ਵਿੱਚ ਸੀ, ਮਤਲਬ 9-10 ਸਾਲ ਦੀ ਹੋਣੀ ਆ ਮੈਂ, ਇੰਨੇ ਕੁ ਸਾਲ ਦੀ ਸੀ। ਸਾਨੂੰ ਇੱਕ ਟਾਈਮ 'ਤੇ ਸਾਡੇ ਕੋਲੇ ਦੇ ਰਿਸ਼ਤੇਦਾਰ ਨੇ ਮਿਹਣਾ ਮਾਰਿਆ ਸੀ, ਮੇਰੀ ਮੰਮੀ ਦਾ ਨਾ ਸ਼ੌਂਕ ਸੀ ਸ਼ੁਰੂ ਤੋਂ ਸਕੂਟਰੀ ਲੈਣ ਦਾ, ਅਤੇ ਸਾਡੇ ਕੋਲੇ ਦੇ ਰਿਸ਼ਤੇਦਾਰ ਨੇ ਉਹਦਾ ਨਾ ਮਿਹਣਾ ਮਾਰਿਆ ਸੀ ਕਿ ਨਹੀਂ ਤੈਨੂੰ ਨਹੀਂ ਸਕੂਟਰੀ ਲੈ ਕੇ ਦੇਣੀ, ਕਿਹਾ ਮੈਂ ਕਿਸੇ 'ਚ ਮਾਰ ਦੇਗੀ ਹੈ ਨਾ, ਅਤੇ ਮੈਂ ਮੰਮਾ ਨੂੰ ਕਿਹਾ, ਮੈਂ ਕਿਹਾ ਮੰਮਾ ਆਪਾਂ ਪੈਸੇ ਜੋੜੀਏ ਅਤੇ ਆਪਾਂ ਫੀਸਾਂ ਤਾਰਨੀਆਂ, ਮੈਂ ਇੱਦਾਂ ਕਿਹਾ। ਅਸੀਂ ਪੈਸੇ ਜੋੜੇ, 15,000 ਰੁਪਇਆ ਜੋੜਿਆ, ਅਤੇ ਇੱਕ ਫਿਰ ਅਸੀਂ ਸੋਚਿਆ, ਮੈਂ ਮੰਮਾ ਨੂੰ ਕਿਹਾ, ਰੱਖੜੀਆਂ ਸੀ ਉਦੋਂ ਅਤੇ ਮੇਰੇ ਨਾਨੀ ਮੰਮਾ ਜੀਂਦੇ ਸੀ ਉਦੋਂ, ਅਤੇ ਨਾਨੀ ਨੂੰ ਕਿਹਾ, ਮੈਂ ਕਿਹਾ ਨਾਨੀ ਅਸੀਂ ਨਾ ਸਕੂਟਰੀ ਲੈਣੀ, ਨਾਨੀ ਕਹਿੰਦੇ ਨਹੀਂ ਪੁੱਤ ਸਕੂਟਰੀ ਨਹੀਂ ਲੈਣੀ, ਪੈਸੇ ਇੱਥੋਂ ਇੰਨੇ ਕਿੱਥੋਂ ਲਿਆਓਗੇ ਨਾ। ਨਾਨੀ ਨੂੰ ਵੀ ਨਾ ਮੇਰੀ ਮਾਂ ਦਾ ਝੋਰਾ ਖਾ ਗਿਆ, ਕਿਉਂਕਿ ਨਾਨੀ ਮੰਮਾ ਦੀ ਵੀ ਏਜ ਨਾ ਜਾਣ ਵਾਲੀ ਨਹੀਂ, 55 ਸਾਲ ਜਾਣ ਵਾਲੀ ਨਹੀਂ, ਕਿਉਂਕਿ ਉਹਨਾਂ ਨੂੰ ਨਾ ਵਿੱਚੋਂ ਵਿੱਚ ਗਮ ਇੱਕੋ ਸੀ, ਮੇਰੀ ਧੀ ਦੁਖੀ ਆ, ਕਿਉਂਕਿ ਇੱਕ ਮਾਂ ਨੂੰ ਆਹੀ ਝੋਰਾ ਖਾ ਜਾਂਦਾ ਕਿ ਮੇਰੀ ਧੀ ਦੁਖੀ ਆ। ਫਿਰ ਅਸੀਂ ਨਾ ਨਾਨੀ ਨੂੰ ਨਾਨੀ ਕੋਲ ਜਾਣਾ ਸੀ, ਅਤੇ ਅਸੀਂ ਉਸੇ ਦਿਨ ਹੀ ਸਵੇਰੇ ਸਵੇਰੇ ਸਾਡੇ ਕੋਲ ਦੀਦੀ 18,000 ਰੁਪਏ ਜੁੜਿਆ ਸੀ, 4-5 ਮਹੀਨੇ ਤੋਂ ਅਸੀਂ ਜੋੜਨ ਦੇ ਸੀ ਪੈਸੇ, ਅਤੇ ਸਾਡੇ ਕੋਲ 18,000 ਅਤੇ ਕੁਛ ਰੁਪਈਏ ਹੋਏ, ਅਤੇ ਅਸੀਂ ਏਜੰਸੀ 'ਚ ਚਲੇ ਗਏ। ਅਸੀਂ ਕਿਹਾ ਸਾਡੇ ਨਾਲ ਸਕੂਟਰੀ ਦੇ ਦਿਓ, ਕਹਿੰਦੇ ਤੁਸੀਂ ਕਦੇ ਲਏ ਕੋਈ ਚੀਜ਼? ਅਸੀਂ ਕਿ ਕਦੇ ਜ਼ਿੰਦਗੀ 'ਚ ਕਦੇ ਕੋਈ ਚੀਜ਼ ਨਹੀਂ ਲਈ, ਸਾਡੀ ਪਹਿਲੀ ਚੀਜ਼ ਆ।
ਅਤੇ ਦੀਦੀ ਉਹਨਾਂ ਨੇ ਕਹਿ ਦਿੱਤਾ ਕਿ ਠੀਕ ਆ, ਉਹਨਾਂ ਨੇ ਸਾਨੂੰ ਸਕੂਟਰੀ ਦੇ ਦਿੱਤੀ ਕਿਸ਼ਤਾਂ 'ਤੇ। ਉਦੋਂ ਸਾਡੇ ਨਾਲ ਕੀਤੀਆਂ 26 ਕਿਸ਼ਤਾਂ, ਸਾਨੂੰ ਦੀਦੀ 2.5 ਸਾਲ ਦਾ ਕੇਸ ਕਰਾਇਆ, ਸਾਡੇ ਨਾਲ ਕੀਤੀਆਂ 26 ਕਿਸ਼ਤਾਂ। ਅਤੇ ਹੁਣ ਜਦੋਂ ਅਸੀਂ ਕਿਸ਼ਤਾਂ ਦੇਣ ਗਏ, ਪਿਛਲੀ ਕਿਸ਼ਤ ਕਹਿੰਦੇ ਤੁਹਾਡੀਆਂ 28 ਕਿਸ਼ਤਾਂ ਨੇ, ਠੀਕ ਹੈ, 2 ਕਿਸ਼ਤਾਂ ਵਧਾ ਤੀਆਂ, ਕਿਉਂਕਿ ਅਸੀਂ ਦੀਦੀ ਕਦੇ ਚੀਜ਼ ਲਈ ਨਹੀਂ, ਨਾ ਸਾਨੂੰ ਪਤਾ, ਠੀਕ ਆ, ਅਤੇ ਚਲੋ ਸਾਡੇ ਨਾਲ ਧੋਖਾ ਕਰਤਾ। ਫਿਰ ਵੀ ਅਸੀਂ ਕਹਿੰਦੇ ਚੱਲ ਕੋਈ ਨਹੀਂ, ਹੁਣ ਇਹਦੇ ਵਿੱਚ ਅਸੀਂ ਤਾਂ ਇੰਨਾ ਦੀਦੀ ਮਤਲਬ ਸਾਨੂੰ ਇੰਨਾ ਪਤਾ ਨਹੀਂ ਚੀਜ਼ਾਂ ਦਾ, ਅਸੀਂ ਕਦੇ ਚੀਜ਼ ਨਹੀਂ ਲਈ। ਅਤੇ ਸਕੂਟਰੀ ਲੈ ਲਈ ਅਸੀਂ ਨਾ, ਸਾਰਿਆਂ ਦੇ ਡੱਬਾ ਦੇਣ ਗਏ ਰਿਸ਼ਤੇਦਾਰਾਂ ਦੇ, ਸਾਡੇ ਤੋਂ 10 ਦਿਨ ਪਹਿਲਾਂ ਨਾ ਸਾਡੇ ਰਿਸ਼ਤੇਦਾਰਾਂ ਦੇ ਕੋਲੇ ਦੇਣੇ, ਉਹਨਾਂ ਨੇ ਬੁਲਟ ਕਢਾਇਆ ਅਤੇ ਸਾਰਿਆਂ ਨੇ ਖੁਸ਼ੀਆਂ ਮਨਾਈਆਂ, ਠੀਕ ਹੈ ਦੀਦੀ। ਬੁਲਟ ਕਿੱਥੇ ਮਿਲਾ ਤਾਂ 1 ਲੱਖ ਦਾ ਸੀ ਉਦੋਂ, ਅਤੇ ਸਾਡੀ ਸਕੂਟਰੀ ਦੀਦੀ 1,20,000 ਦੀ ਆ, ਨਵੀਂ ਨਵੀਂ ਮਾਡਲ ਆਇਆ ਸੀ। ਅਤੇ ਮੈਂ ਕਿਹਾ ਚੱਲ ਮੰਮਾ ਸਕੂਟਰੀ ਲੈਣੀ ਆਪਾਂ, ਨਵਾਂ ਮਾਡਲ ਹੀ ਲੈ ਲਈਏ, ਚੱਲ ਥੋੜ੍ਹੀ ਮਹਿੰਗੀ ਆ, ਅਸੀਂ ਕਿਸ਼ਤਾਂ 'ਤੇ ਲਈ। ਅਤੇ ਦੀਦੀ ਅਸੀਂ ਡੱਬਾ ਲੈ ਕੇ ਗਏ, ਕਿਸੇ ਨੇ ਡੱਬੇ ਨੂੰ ਮੂੰਹ ਨਹੀਂ ਲਾਇਆ, ਕੀ ਪਤਾ ਕਿੱਦਾਂ ਦਾ ਕਿੱਦਾਂ ਦਾ ਨਹੀਂ, ਹੈ ਨਾ। ਅਤੇ ਕਿਸੇ ਨੇ ਮੂੰਹ ਨਹੀਂ ਲਾਇਆ ਕਿ 1 ਕਿਲੋ ਦਾ 1 ਰਿਸ਼ਤੇਦਾਰ ਦੇ ਘਰ ਖੜਿਆ ਅਤੇ 1/2 ਕਿਲੋ ਦਾ 1 ਰਿਸ਼ਤੇਦਾਰ ਦੇ ਘਰ ਖੜਿਆ। ਚਲੋ ਜਿਨ੍ਹਾਂ ਦੇ 1/2 ਕਿਲੋ ਦਾ ਡੱਬਾ ਖੜਿਆ, ਉਹ ਰਿਸ਼ਤੇਦਾਰ ਪਤਾ ਸਾਨੂੰ ਕੀ ਕਹਿੰਦੇ, ਕਹਿੰਦੇ ਹੁਣ ਸਕੂਟਰੀ ਲੈ ਤਾਂ ਲਈ ਆ, ਚਲਾਉਣੀ ਪਾਣੀ ਪਾ ਗਿਆ। ਇਹ ਚੀਜ਼ ਨਹੀਂ ਦੀਦੀ ਮੈਨੂੰ ਜ਼ਿੰਦਗੀ 'ਚ ਭੁੱਲਦੀ। ਫਿਰ ਮੈਂ ਸੋਚਿਆ ਕਿ ਮੰਮਾ ਸਕੂਟਰੀ ਆਪਾਂ ਭਾਵੇਂ ਰੋਟੀ ਖਾਈਏ ਭਾਈ ਨਾ ਪਾਈਏ, ਸਕੂਟਰੀ 'ਚ 100 ਦਾ 200 ਦਾ ਤੇਲ ਰੱਖਣਾ ਹੀ ਰੱਖਣਾ, ਸਕੂਟਰੀ ਦਾ ਤੇਲ ਨਹੀਂ ਮੁੱਕਣ ਦੇਣਾ ਆਪਾਂ, ਆਪਾਂ ਸਕੂਟਰੀ 'ਚ 100-200 ਦਾ ਤੇਲ ਪਾਈਦਾ। ਪਹਿਲੀ ਗੱਲ ਤਾਂ ਆਪਾਂ ਚਲਾਉਂਦੇ ਹਾਂ ਬਹੁਤ ਘੱਟ ਆ ਕਿਤੇ ਦੀਦੀ, ਹੁਣ ਤਾਂ ਚਲੋ ਚਾਹ ਦਾ ਖੋਖਾ ਲੱਗ ਗਿਆ ਨਾ, ਆਪਾਂ ਸਵੇਰੇ ਆਉਣਾ ਸ਼ਾਮ ਨੂੰ ਜਾਣਾ, 100 ਦਾ ਤੇਲ ਕਾਫੀ ਰਹੇ ਦੀਦੀ ਹਫ਼ਤੇ ਦਾ, ਠੀਕ ਆ। ਫਿਰ ਉਸ ਤੋਂ ਬਾਅਦ ਸਾਡੇ ਘਰ ਕੋਈ ਚੀਜ਼ ਨਹੀਂ ਹੈਗੀ ਸੀ, ਬੈੱਡ ਚੁੱਲ੍ਹੇ ਦੇ ਸਿਲੰਡਰ ਹੈ ਨਾ, ਦੱਸਿਆ ਤੁਹਾਨੂੰ ਮੇਰੀ ਮਾਤਾ ਨੇ, ਮੇਰੀ ਮੰਮੀ ਨੇ ਸਾਨੂੰ ਨਾ ਫਰਿੱਜ ਲੈ ਕੇ ਦਿੱਤੀ, ਅਸੀਂ ਠੰਡਾ ਪਾਣੀ ਪੀਣ ਨੂੰ ਤਰਸਦੇ ਹੁੰਦੇ ਸੀ, ਅਸੀਂ ਕਿਸੇ ਦੇ ਘਰ ਠੰਡਾ ਪਾਣੀ ਲੈਣ ਜਾਣਾ, ਸਾਨੂੰ ਲੋਕਾਂ ਨੇ ਦਬਕੇ ਮਾਰਦੇ ਹੁੰਦੇ ਸੀ ਕਿ ਨਹੀਂ ਅਸੀਂ ਤੁਹਾਡੇ ਲਈ ਫਰਿੱਜਾਂ ਲਾਈਆਂ ਨੇ। ਹੁਣ ਵੀ ਸਾਡੇ ਘਰ ਦੀਦੀ ਉਹੀ ਚੀਜ਼ਾਂ ਨੇ, ਹੁਣ ਸਾਡੇ ਘਰ ਟੀ ਵੀ ਨਹੀਂ ਹੈਗਾ, ਮੇਰਾ ਭਰਾ ਰੋਂਦਾ ਹੈ ਨਾ ਕਿ ਟੀ ਵੀ ਲੈ ਕੇ ਦਿਉ, ਹੈ ਨਾ, ਅਤੇ ਮੇਰੇ ਮੰਮਾ ਕਹਿੰਦੇ ਕਿ ਕੋਈ ਨਾ ਪੁੱਤ ਲੈ ਦਾਂਗੇ, ਕੋਈ ਚੀਜ਼ ਨਹੀਂ ਹੈਗੀ ਦੀਦੀ ਸਾਡੇ ਘਰ, ਇੱਦਾਂ ਹੀ ਆ ਬਸ, ਹੁਣ ਨਾ ਘਰ ਸਾਡਾ ਆਪਣਾ ਵਾ ਅਤੇ ਨਾ ਕੋਈ ਚੀਜ਼, ਬਸ 1-2 ਚੀਜ਼ਾਂ ਬਣਾਈਆਂ, 1 ਸਕੂਟਰੀ, 1 ਫਰਿੱਜ ਬਣਾਈ ਹੈ, ਹੋਰ ਕੁਛ ਨਹੀਂ ਦੀਦੀ ਸਾਡੇ ਘਰ ਹੈਗਾ। ਭਾਵੇਂ ਦੀਦੀ ਉਹ ਅੱਜ ਸੋਨੇ ਦਾ ਭਾਵੇਂ ਹੀਰਿਆਂ ਦਾ ਬਣ ਜੇ ਕਿ ਮੈਂ ਵਾਪਸ ਆਉਣਾ ਦੀਦੀ, ਅਸੀਂ ਜ਼ਿੰਦਗੀ 'ਚ ਨਾ ਵਾੜੀਏ, ਮੇਰੀ ਮਾਂ ਨੇ ਨਿੱਕੀ ਉਮਰ ਸਾਨੂੰ ਪਾਲਿਆ ਵਾ ਅਤੇ ਅੱਜ ਅਸੀਂ ਮਤਲਬ ਉਹਦੇ ਕੋਲੋਂ ਚੱਲ ਜਾਈਏ, ਅਤੇ ਬਹੁਤ ਗਲਤ ਗੱਲ ਸਾਡੇ ਲਈ, ਪਾਪ ਆ ਸਾਡੇ ਲਈ ਬਹੁਤ ਵੱਡਾ, ਜੇ ਅਸੀਂ ਮਾਂ ਨਹੀਂ ਦੀਦੀ ਅਸੀਂ ਰੱਖਣਾ ਹੀ ਨਹੀਂ ਆ, ਸਾਡਾ ਮਾਂ ਪਿਓ ਸਾਡੇ ਕੋਲ ਹੈਗਾ ਵਾ, ਅਵੇ ਸਾਡਾ ਮਾਂ ਪਿਓ ਬੈਠਾ, ਬਸ ਇਹੀ ਸਾਡਾ ਕੋਲ ਹੈਗਾ ਵਾ, ਬਸ ਹੋਰ ਸਾਨੂੰ ਨਹੀਂ ਚਾਹੀਦਾ, ਉਹਦਾ ਸਹਾਰਾ ਆਪਣੇ ਘਰ ਰਹੇ ਜਿੱਦਾਂ ਮਰਜ਼ੀ ਰਹੇ, ਸਾਡਾ ਮਾਂ ਪਿਓ ਸਾਡਾ ਆਹੀ ਆ, ਇਹਨੂੰ ਹੀ ਰੱਖਣਾ ਵਾ, ਅਸੀਂ ਉਹਨੂੰ ਆਪਣੇ ਘਰ ਨਹੀਂ ਵਾੜਨਾ, ਸਾਨੂੰ ਦੀਦੀ ਕੁੱਟ ਮਾਰ ਭੁੱਲੀ ਨਹੀਂ ਆ। ਹੁਣ ਅਸੀਂ ਵੱਡੇ ਹੋ ਗਏ ਹਾਂ, ਅਸੀਂ ਕਮਾਉਣ ਜੋਗੇ ਹੋ ਗਏ ਹਾਂ, ਜੇ ਉਹ ਹੁਣ ਸਾਡੇ ਕੋਲ ਆਵੇ ਦੀਦੀ ਸ਼ਰਮ ਦੀ ਗੱਲ ਆ ਕਿ ਅਸੀਂ ਉਹਨੂੰ ਆਪਣੇ ਘਰ ਵਾੜ ਲਈਏ, ਕਿ ਅਸੀਂ ਪਲ ਗਏ ਹਾਂ ਹੁਣ ਉਹਨੂੰ ਅਸੀਂ ਵਾੜ ਲਈਏ ਆਪਣੇ ਘਰ, ਇੱਦਾਂ ਨਹੀਂ ਦੀਦੀ, ਕਿਉਂਕਿ ਮੇਰੀ ਮਾਂ ਨੇ ਮਿਹਨਤ ਕੀਤੀ ਆ, ਹੁਣ ਆਪਣੀ ਮਾਂ ਨੂੰ ਸੁੱਖ ਦੇਵਾਂਗੇ ਕਿ ਉਹਨੂੰ ਸ਼ਰਾਬੀ ਨੂੰ ਸਾਂਭਾਂਗੇ, ਹੁਣ ਇਹਨੂੰ ਸੁੱਖ ਦੇਣਾ ਵਾ, ਕਿਉਂਕਿ ਦੀਦੀ ਉਹ ਤਾਂ ਨਸ਼ੇੜੀ, ਅਸੀਂ ਉਹ ਨਸ਼ੇੜੀ ਨੂੰ ਸਾਂਭਾਂਗੇ ਕਿ ਆਪਣੀ ਮਾਂ ਨੂੰ ਸੁੱਖ ਦੇਵਾਂਗੇ, ਦੋਵਾਂ 'ਚ ਇੱਕ ਕੰਮ ਹੀ ਹੋਣਾ। ਪਹਿਲੀ ਗੱਲ ਉਹਨੇ ਸਾਨੂੰ ਛੱਡਿਆ ਸੀ, ਉਹਨੂੰ ਆਪਣੇ ਘਰ ਨਹੀਂ ਵਾੜਨਾ, ਸਾਡੀ ਮਾਂ ਪਿਓ ਸਾਡੇ ਕੋਲ ਬੈਠਾ, ਆਹੀ ਆ ਸਾਡਾ ਮਾਂ ਅਤੇ ਸਾਡੇ ਆਹੀ ਸਾਡਾ ਪਿਓ ਆ, ਬਸ ਦੀਦੀ ਇਹਨੂੰ ਜ਼ਿੰਦਗੀ 'ਚ ਮੰਨਿਆ ਵਾ, ਹੋਰ ਕੋਈ ਜ਼ਿੰਦਗੀ 'ਚ ਹੈ ਹੀ ਨਹੀਂ ਸਹਾਰਾ ਸਾਡਾ। ਖੁਆਇਸ਼ ਆ ਕੋਈ? ਖੁਆਇਸ਼ ਦੀਦੀ ਬਹੁਤ ਨੇ, ਰੋਣਾ ਨੇ ਸੋਚਦੇ ਹੋ ਮਾਂ ਨੇ ਇੰਨਾ ਸੰਘਰਸ਼ ਕੀਤਾ ਵੀ
ਹੁਣ ਤੁਸੀਂ ਤੁਹਾਡਾ ਟਾਈਮ ਆਇਆ, ਤੁਸੀਂ ਦੋਨਾਂ ਭੈਣ ਭਰਾਵਾਂ ਨੇ ਰਲ ਕੇ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਣੀ ਆ। ਹਾਂ ਦੀਦੀ, ਇਹ ਤਾਂ ਸੋਚਿਆ ਵਾ, ਸਮਝੋ ਮੈਂ ਤਾਂ ਚਲੋ ਇਹ ਸੋਚਿਆ ਸੀ ਕਿ ਖੋਖਾ ਚਲੋ ਟਾਈਮ ਪਾਸ ਲਈ ਲਾਉਂਦੇ ਹਾਂ, ਹੈ ਨਾ, ਕਿ ਚਲੋ ਟਾਈਮ ਥੋੜ੍ਹਾ ਪੈਸਾ ਕਮਾ ਕੇ ਆਪਾਂ ਕੋਈ ਵਧੀਆ ਚੀਜ਼ ਖੋਲ੍ਹ ਲਾਂਗੇ। ਪਰ ਦੀਦੀ ਹੁਣ ਤਾਂ ਇਹਦੇ ਮਿਹਣੇ ਵੱਜਣੇ ਸਾਨੂੰ ਖੋਖੇ ਵਾਲੇ, ਹੈ ਨਾ, ਮੇਰੇ ਰਿਸ਼ਤੇਦਾਰਾਂ ਨੇ ਹੁਣ ਚਾਹ ਨੂੰ ਹੀ ਅੱਗੇ ਲੈ ਕੇ ਜਾਣਾ। ਚਾਹ ਦੇ ਨਾਲ ਚਾਹ ਨਹੀਂ ਛੱਡਣੀ ਜ਼ਿੰਦਗੀ ਦੇ ਵਿੱਚ ਬਣਾਉਣੀ, ਚਾਹ ਦੇ ਨਾਲ ਨਾਲ ਮੈਂ ਹੋਰ ਚੀਜ਼ਾਂ ਐਡ ਕਰੂੰਗੀ, ਇੰਡੀਅਨ ਫੂਡ ਦੇ ਨਾਂ 'ਤੇ ਬ੍ਰਾਂਡ ਬਣਾਊਂਗੀ ਕਿ ਮੇਰੀ ਮਾਂ ਨੂੰ ਇੱਕ ਪ੍ਰਾਊਡ ਹੋਵੇ ਕਿ ਮੈਂ ਆਪਣੇ ਬੱਚੇ ਪਾਲੇ ਆ। ਸੋ ਜੀ, ਭੈਣ ਦੀ ਕਹਾਣੀ ਤੁਹਾਨੂੰ ਸੁਣਾਈ ਹੈ, ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਇਹਨਾਂ ਦੀ ਜ਼ਿੰਦਗੀ 'ਚ, ਇਹਨਾਂ ਨੇ ਕਿੰਨਾ ਸੰਘਰਸ਼ ਕੀਤਾ, ਜੋ ਉਸ ਬਾਰੇ ਗੱਲਬਾਤ ਕੀਤੀ ਆ। ਜੇ ਹੋ ਸਕਦਾ ਤਾਂ ਇਸ ਭੈਣ ਦੀ ਮਦਦ ਜ਼ਰੂਰ ਕਰੋ, ਅਤੇ ਜੇ ਉੱਦਾਂ ਮਦਦ ਨਹੀਂ ਕਰ ਸਕਦੇ, ਜਿਵੇਂ ਇਹਨਾਂ ਦੇ ਚਾਹ ਦਾ ਸਟੋਲ ਹੈ, ਉੱਥੇ ਆ ਕੇ ਚਾਹ ਰੋਟੀ ਵੀ ਹੁੰਦੀ ਹੈ ਇਹਨਾਂ ਕੋਲ, ਉਹ ਆ ਕੇ ਜ਼ਰੂਰ ਖਾਓ ਤਾਂ ਜੋ ਇਸ ਪਰਿਵਾਰ ਦੀ ਜਿਹੜੀ ਆ ਉਹ ਮਦਦ ਹੋ ਸਕੇ। ਦੇਖਦੇ ਰਹੋ ਸਾਡਾ ਚੈਨਲ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।